जस्टिस देख रहे तुसी, मैं के पी सिंह टू द पॉइंट तुहाडा सब का स्वागत करदा। चंडीगढ़ मेयर की चोन का रेड़का चंडीगढ़ दीआं सड़कां तों हुंदा होइआ दिल्ली दीआं सड़कां तक जाऊगा, चंडीगढ़ की हाई कोर्ट तो दिल्ली की सुप्रीम कोर्ट तक जाऊगा। यह सवाल इस करके पूछा जा रहा है क्योंकि वड्डे वड्डे लीडर बयान दे रहे हैं, कहते सुप्रीम कोर्ट तक पहुँच करांगे। हाई कोर्ट ने 3 हफ्ते का नोटिस दिता, कहते समा बहुत ज़्यादा पालता। पहला कहें 18 तरीक नूं वोटां सीगियां ते तुसीं 30 तरीक कर दी, कहते उदों भी समा ज़्यादा पा दिता। इस समय का चक्कर व्यू की है, 24 का चक्कर व्यू की है, इसनों समझने की कोशिश करांगे। सवाल यही है, सुप्रीम कोर्ट क्यों चलिया इंडिया? हरियाणा पंजाब तो लेके चंडीगढ़ तक बयानबाजी की हो रही है, पहले सुन लिया। लोकतंत्र है, लोकतंत्र में कभी किसी की जीत होगी, कभी किसी की जीत होगी। ये ठीक है कि पिछले वर्षों से 10-12 वर्ष से भारतीय जनता पार्टी का विचार लगातार आगे बढ़ रहा है, और जब भी समाज या लोग इस विचार को ग्रहण कर लेते हैं और उसके अनुसार चलते हैं तो फिर विचार स्थायी विचार होता है, वो आगे बढ़ता है। अभी भी आगे जितने भी चुनाव आ रहे हैं, चाहे लोकसभा के चुनाव देशभर में होंगे, चाहे हरियाणा में भी विधानसभा के चुनाव होंगे, भारतीय जनता पार्टी एक भारी बहुमत के साथ समझेगा अपनी सरकार बनाएगी। ये तो हम देखो जी, जुडिशरी है, ये तो वो बेंच ने सुनना है, तो जो उन्होंने 3 हफ्ते टाइम दिता सी, असी मान योग उच्च अदालत जावांगे। मैनूं सानूं उम्मीद है कि घट्टो घट्ट जो कल होया ਉਹ ਡੈਮੋਕਰੇਸੀ ਦੀ ਜਿਹੜੀ ਹੱਤਿਆ ਸਾਹਮਣੇ ਸਾਰਿਆਂ ਦੇ ਹੋਈ ਹੈ। ਇਹ ਵੱਲੋਂ ਕੰਪਲੇਂਟ ਦਿੱਤੀ ਹੈ ਕਿ ਕੱਲ ਜੋ ਕੁਝ ਹੋਇਆ ਹੈ ਉਹ ਪ੍ਰੈਜ਼ਾਈਡਿੰਗ ਆਫੀਸਰ ਨੇ ਬਿਲਕੁਲ ਬਹੁਤ ਵੱਡਾ ਓਫੈਂਸ ਇੱਕ ਉਹਨੇ ਕਮਿਟ ਕੀਤਾ ਹੈ, ਉਹਨਾਂ ਦਾ ਅਪਰਾਧ ਬਹੁਤ ਵੱਡਾ ਹੈ, ਜਿਹੜੇ ਦੇ ਬਾਰੇ ਸਾਰੀ ਤੁਸੀਂ ਆਪਣੇ ਹਿਸਾਬ ਨਾਲ ਇਸ 'ਤੇ ਤਫਤੀਸ਼ ਕਰਕੇ ਕਾਰਵਾਈ ਇਸ 'ਤੇ ਕਰੋ। ਉਹ ਤਾਂ ਉਹ ਕਾਰਵਾਈ ਇਹ ਹੋਏਗੀ ਕਿ FIR ਰਜਿਸਟਰ ਹੋਵੇ ਅਤੇ ਬਾਅਦ ਵਿੱਚ ਉਹਨਾਂ 'ਤੇ ਕਚਹਿਰੀ ਵਿੱਚ ਕੇਸ ਚੱਲੇ, ਅਤੇ ਜਿਹੜਾ ਸਾਨੂੰ ਪੂਰਾ ਯਕੀਨ ਹੈ ਅਗਰ ਠੀਕ ਢੰਗ ਨਾਲ ਹੋਇਆ ਤਾਂ ਉਹ ਉਹਨਾਂ ਨੂੰ ਸਜ਼ਾ ਹੋਏਗੀ ਹੋਏਗੀ ਇਹਦੇ ਵਿੱਚ, ਕਿਉਂਕਿ ਉਹਨਾਂ ਨੇ ਰਿਕਾਰਡ ਟੈਂਪਰ ਕੀਤੇ ਨੇ। ਪ੍ਰੈਜ਼ਾਈਡਿੰਗ ਆਫੀਸਰ ਦਾ ਹਾਲੇ ਕਿਹਾ, ਬਾਅਦ ਦੇ ਵਿੱਚ ਹੋ ਦੇਖਾਂਗੇ। ਇਹ ਪ੍ਰੈਜ਼ਾਈਡਿੰਗ ਆਫੀਸਰ ਤਾਂ ਕੱਲ ਸਰੇਆਮ ਖੁੱਲ੍ਹ ਕੇ ਤਾਂ ਸਾਹਮਣੇ ਪ੍ਰੈਜ਼ਾਈਡਿੰਗ ਆਫੀਸਰ ਸਨ ਨਾ, ਜਿਨ੍ਹਾਂ ਨੇ ਸਾਰਾ ਕੁਝ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਇੰਡੀਆ ਗੱਠਜੋੜ ਕੋਲ ਬਹੁਮਤ ਦੇ ਬਾਵਜੂਦ ਭਾਜਪਾ ਕੋਲ ਕਮਾਨ ਜਾਣ ਦਾ ਸੇਕ ਦਿੱਲੀ ਤੱਕ ਕਿਉਂ? ਇਸ ਸਵਾਲ ਤੇ ਬਹਿਸ ਹੋ, ਜਿਹੜਾ ਪਹਿਲਾਂ ਸਾਡੇ ਨਾਲ ਤਾਰੁਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਹਰਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ, ਮਿਸਟਰ ਭੁੱਲਰ ਤੁਹਾਡਾ ਬਹੁਤ ਸਵਾਗਤ ਹੈ। ਪ੍ਰਸਮ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰਸਮ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ ਅਰਸ਼ਪ੍ਰੀਤ ਸਿੰਘ ਖੜਿਆਲ, ਪੰਜਾਬ ਕਾਂਗਰਸ ਦੇ ਚੀਫ ਸਪੋਕਸਪਰਸਨ ਨੇ, ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਬੱਬੀ ਬਾਦਲ, ਆਮ ਆਦਮੀ ਪਾਰਟੀ ਸਪੋਕਸਪਰਸਨ ਨੇ, ਮਿਸਟਰ ਬੱਬੀ ਤੁਹਾਡਾ ਬਹੁਤ ਸਵਾਗਤ ਹੈ। ਗੁਰਪ੍ਰੀਤ ਸਿੰਘ ਢਿੱਲੋਂ ਬੀਜੇਪੀ ਦੇ ਸਪੋਕਸਪਰਸਨ ਨੇ ਤੇ ਚੰਡੀਗੜ੍ਹ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਵੀ ਰਹਿ ਚੁੱਕੇ ਨੇ 2018 ਵਿੱਚ। ਮਿਸਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ, ਤੇ ਸਵਾਲ ਵੀ ਪਹਿਲਾਂ ਤੁਹਾਨੂੰ ਹੀ ਹੈ ਜੀ। ਇਹ 16 ਵੋਟਾਂ ਤੁਹਾਨੂੰ ਕਿਵੇਂ ਪੈ ਗਈਆਂ? 16ਵੀਂ ਵੋਟ ਕਹਿੰਦੀ ਸੀ, 16 ਵੋਟਾਂ ਸਾਡੇ ਕੋਲ ਹੈ ਸੀਗੀਆਂ ਜੀ, ਜਿਹੜੀਆਂ ਪਈਆਂ ਨੇ। ਤੁਹਾਡੀਆਂ ਕਿੰਨੀਆਂ ਸੀਗੀਆਂ? 14 ਤੁਹਾਡੀਆਂ ਸੀਗੀਆਂ, 13 ਸੀਗੀਆਂ, 14 ਪਲੱਸ ਐਮਪੀ ਦੀ ਵੋਟ, 15 ਅਕਾਲੀ ਦਲ ਦੀ ਵੋਟ। ਅਕਾਲੀ ਦਲ ਦੀ ਵੋਟ ਤੁਹਾਨੂੰ ਪਈ ਹੈ? ਪਈ ਹੈ। ਨੋਟਾਂ ਨੂੰ ਤਾਂ ਨਹੀਂ ਪਾਈ ਅਕਾਲੀ ਦਲ ਨੇ? ਵੈਸੇ ਨੋਟਾਂ ਦਾ ਪ੍ਰੋਵੀਜ਼ਨ ਹੈ ਨੀਗਾ, ਮੈਨੂੰ ਤਾਂ ਨਹੀਂ ਲੱਗਦਾ ਜੀ, ਪ੍ਰੋਵੀਜ਼ਨ ਹੀ ਹੈ ਨਹੀਂ ਪਹਿਲੀ ਗੱਲ ਤੇ। ਦੂਜੀ ਗੱਲ ਇਹ ਕਿ ਜਿੱਥੋਂ ਤੱਕ ਸਾਨੂੰ ਉਮੀਦ ਆ ਉਹ ਪਈ ਹੈ। ਅੱਛਾ, ਅਕਾਲੀ ਦਲ ਨੇ ਤੁਹਾਨੂੰ ਪਾਈ ਆ? ਇਹ ਤੁਸੀਂ ਔਨ ਰਿਕਾਰਡ ਇਹ ਗੱਲ ਕਰ ਰਹੇ ਹੋ? ਨਹੀਂ ਵੇਖੋ, ਇਹਦੇ 'ਚ ਮੈਂ ਵਿੱਚ ਜਾ ਕੇ ਤਾਂ ਇਹ ਵੜਿਆ ਨਹੀਂ ਕਿਸੇ ਨੇ ਕਿੰਨੀ ਵੇਖਿਆ ਕਿ ਕਿੰਨੇ ਵੋਟ ਕਿਹਨੂੰ ਪਾਈ ਹੈ, ਪਰ ਇਹ ਜਿਹੜਾ ਇੱਕ ਨੈਚੁਰਲ ਜਿਹਾ ਗੱਲ ਹੁੰਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੇ ਪਾਈ ਹੋਏਗੀ। 16ਵੀਂ ਵੋਟ 'ਤੇ ਕਿਤੇ ਉਹਦੇ ਆਈ ਹੈ। ਭੁੱਲਰ ਸਾਹਿਬ, 16ਵੀਂ ਵੋਟ ਇਹਨਾਂ ਨੂੰ ਤੁਹਾਡੀ ਪਈ ਆ? ਦੇਖੋ, ਇਸ ਤਰ੍ਹਾਂ ਸੀਗਾ ਕਿ ਅਸੀਂ ਆਪਣੇ ਸਾਡੇ ਪ੍ਰਧਾਨ ਨੇ ਹਰਦੀਪ ਔਰ ਐਮ ਸੀ ਵੀ ਨੇ ਚੰਡੀਗੜ੍ਹ ਤੋਂ, ਸਾਡੇ ਪ੍ਰਧਾਨ ਸੁਖਬੀਰ ਬਾਦਲ ਹੋਣਾ ਨੇ ਚੰਡੀਗੜ੍ਹ ਦਾ ਇਹ ਮਸਲਾ ਉਹਨਾਂ 'ਤੇ ਛੱਡਤਾ ਸੀਗਾ ਵੀ ਉਹ ਉੱਥੇ ਜੋ ਵੀ ਵਿਚਾਰ ਬਣਦਾ ਉਹਨਾਂ ਦਾ, ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਲੱਗਦਾ ਹੈ ਵੀ ਕਰਨਾ ਚਾਹੀਦਾ, ਉੱਥੇ ਫੈਸਲਾ ਲੈਣ। ਔਰ ਜਿੰਨੀ ਵਾਰ ਵੀ ਇਲੈਕਸ਼ਨ ਹੋਈ ਹੈ ਉਹਨਾਂ ਦੇ ਉੱਤੇ ਫੈਸਲਾ ਛੱਡਿਆ ਗਿਆ, ਔਰ ਇਸ ਤੋਂ ਪਹਿਲਾਂ ਉਹਨਾਂ ਨੇ ਕਦੀ ਵੀ ਵੋਟ ਪਾਉਣ ਵਾਸਤੇ ਅੱਗੇ ਨਹੀਂ ਆਏ। ਔਰ ਉਹਨਾਂ ਨੇ ਸਪੈਸ਼ਲੀ ਇਸ ਵਾਰੀ ਮੰਗ ਕੀਤੀ ਸੀ ਵੀ ਨੋਟਾ ਹੋਣਾ ਚਾਹੀਦਾ, ਮੈਂ ਨੋਟਾਂ ਦੇ ਉੱਤੇ ਵੋਟ ਪਾਉਣਾ ਚਾਹੁੰਦਾ। ਲੇਕਿਨ ਕਿਤੇ ਨਾ ਕਿਤੇ ਲੱਗਿਆ ਵੀ ਜਦੋਂ ਠੱਗਾਂ ਦੀ ਟੋਲੀ ਇਕੱਠੀ ਹੋ ਗਈ ਹੈ, ਪੰਜਾਬ ਦਾ ਇਸ ਤਰ੍ਹਾਂ ਸਮਾਰਾ ਹੀ ਮਾਰਿਆ, ਕੱਲ੍ਹ ਨੂੰ ਚੰਡੀਗੜ੍ਹ ਦੇ ਵੀ ਜਿਹੜੇ ਜਿੰਨੇ ਖੰਭੇ ਲੱਗੇ ਬਿਜਲੀ ਦੇ, ਇੱਥੇ ਵੀ ਇਸ਼ਤਿਹਾਰ ਲੱਗਦੇ ਫਿਰਨਗੇ, ਔਰ ਪੈਸਾ ਚੰਡੀਗੜ੍ਹ ਦੇ ਵਿੱਚ ਜਿਹੜਾ ਸੜਕਾਂ 'ਤੇ ਲੱਗਣਾ ਚਾਹੀਦਾ, ਜਿਹੜਾ ਹੋਰ ਕੰਮਾਂ ਦੇ ਉੱਤੇ ਲੱਗਣਾ ਚਾਹੀਦਾ। ਤੁਹਾਡੇ ਪਹਿਲੇ ਸ਼ਬਦ ਆ, ਮੈਂ ਉਹਨਾਂ 'ਤੇ ਗੱਲ ਨਹੀਂ ਕਰ ਰਿਹਾ, ਪਰ ਜਿਹੜੀ ਤੁਸੀਂ ਇਸ਼ਤਿਹਾਰਾਂ ਦੀ ਗੱਲ ਕੀਤੀ ਹੈ, ਇਸ਼ਤਿਹਾਰ ਲਾਉਣ ਲਈ ਮੇਅਰ ਬਣਨ ਦੀ ਲੋੜ ਨਹੀਂ ਹੈਗੀ ਸਰ। ਚੰਡੀਗੜ੍ਹ ਕੋਈ ਪੰਜਾਬ ਨਹੀਂ ਹੈ ਜਿੱਥੇ ਮਰਜ਼ੀ ਚੱਲ ਜੂਗੀ। ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪੇਮੈਂਟ ਕਰਨੀ ਪੈਂਦੀ ਹੈ, ਪਰਮਿਸ਼ਨ ਲੈਣੀ ਪੈਂਦੀ ਹੈ। ਮੇਅਰ ਬਣ ਕੇ ਪੇਮੈਂਟ ਨਹੀਂ ਹੋਊਗੀ ਸਰ? ਫਿਰ ਮੇਅਰ ਉਹਨਾਂ ਦਾ ਹੋ ਗਿਆ ਨਾ, ਫਿਰ ਧੱਕਾ ਚੱਲੂਗਾ, ਫਿਰ ਧੱਕਾ ਚੱਲੂਗਾ। ਜਿਹੜੀ ਪਾਰਟੀ ਦਾ ਮੇਅਰ ਹੁੰਦਾ ਧੱਕਾ ਕਰਦਾ? ਦੇਖੋ ਗੱਲ, ਮੈਂ ਕਿਹੜੀ ਪਾਰਟੀ ਦਾ ਨਹੀਂ, ਇਸ ਪਾਰਟੀ ਦਾ ਕੰਮ ਹੀ ਧੱਕਾ ਕਰਨਾ। ਜਦੋਂ ਇਹਨਾਂ ਨਾਲ ਮਾੜਾ ਜਿਹਾ ਹੋ ਜਾਂਦਾ ਫਿਰ ਚੀਕਾਂ ਮਾਰ ਲੱਗ ਜਾਂਦੇ ਆ। ਲੇਕਿਨ ਗੱਲ ਇਹ ਹੈ ਕਿ
ये हालात सके जिदा करके साडे प्रधान ने जो चंडीगढ़ तो ने जो एम सी ने उन्होंने फैसला लिया भी मैनू बीजेपी ने जाना चाहिए अभी वोट पाई है बीजेपी को। चलो अकाली तो नहीं दूजी गल अकाली दल स्वागत करता है इस गल का भी उन्होंने वोट बीजेपी को पाई है। देखो अभी तो क्या जी प्रधान के उत्ते इतों का फैसला छड़ दिता गया उन्होंने वोट पाई ठीक है जिन्होंने भी पाई वो साढ़े प्रधान का फैसला से ठीक है अभी वेलकम करते हो या नहीं इस करते अभी भी ठीक है उन्होंने फैसला जो भी लिया उन्होंने मौके के उत्ते ठीक फैसला लिया। अज पहली बार है अकाली दल इस डिबेट में खुल के गल करता पे मैंने बहुत खुशी हुई पल्लर साहब तुम ये गल रखी देखो अं तो मैं इन्ने सालों का डिबेट करता मैं बिल्कुल सच्चाई के उत्ते गल करता चाहे मेरी पार्टी का वक्त हो चाहे दूसरे पास का हो गल यह है कि असी तो ईमानदारी ने दसता कि असी किधर वोट पाई लेकिन कांग्रेस की ईमानदारी कितने है मसला तो उन्होंने भी पवन बांसल जो चड्डा साहब देखा होना भी चल रही थी डिबेट चल उन्होंने प्रेस कॉन्फ्रेंस चल रही थी तो पवन बांसल एक खुडे लाया हुआ साइड पर बिठाया हुआ जो 92 सीटों उत्ते कहते अं काबज है इतने सू पंजाब नहीं इन्हों करना समझौता असं हरियाणे भी नहीं करना तो राजधानी छड़ दें कल एम पी की सीट वास्ते ये सत्त वोटा खराब हुई हैं खराब की अकाली दल इल्जाम ला रहे हैं बीजेपी ने भी हामी भरी है इहदा मतलब यह है कि कांग्रेस चाहती नहीं कि आम आदमी पार्टी का मेयर है जो बन जाए अकाली दल जी एक तो आ रही है जरा टीम कह दो मैं हाँ हाँ बिलकुल पहली गल तो अकाली दल ना तो प्रेजाइडिंग ऑफिसर है ना इन्हों फैक्ट्स की जानकारी पूरे तरीके हैगी है। पहली गल तो मैं एक वीडियो तो शुरू करना चाहना पांच सेकंड की थोड़ा मैं दिखा दा इतने होया कि एग्जैक्टली प्रिजाइडिंग ऑफिसर ने प्रिजाइडिंग ऑफिसर खड़े हुए तो नाल दी नाल जिहड़े हैगे है बीजेपी के मेयर आके उन्होंने कुर्सी पर बिठा ते देखो रौला तुसीं किवें पै रहा नंबर एक हुण इत्थों की पता लगता है केपी जी बीजेपी दे काउंसलर पिछे खड़े किए हुए सीगे नाल दी नाल बिठाता उन्होंने जिवें फैसला ऑलरेडी प्री मेडिटेटेड प्री डिटरमिंड हुंदा है नंबर एक। नंबर दो कल हिंदुस्तान ने लोकतंत्र की हत्या हुंदी अकाली दल जा बीजेपी नूं क्यों किवें पता कि सत्त वोटां तुहाडियां ही खराब होईयां ये किवें पता हो सकदा आम आदमी पार्टी दे कौंसलर दी कि खराब होई होई वोट ये तुहाडे ते इल्जाम क्यों ला रहे हैं जवाब मैं दे चुका कि जा तो यह एडमिट कर लैन भी प्रिजाइडिंग ऑफिसर साडी कन्न ते साडियां अक्खां सी उन्हें सानू रिपोर्ट किया पहली गल श्रोमणी अकाली दल इन्नी गल कह दे दूजी गल हुण मैं तुहानू दसदा इत्थों गल हैगी इनवैलिडेशन ऑफ वोट्स दी प्रोसीजर रिक्वायर करता है कानून रिक्वायर करता है कि वो जिहड़े इनवैलिड वोट्स है वो जिहड़े पोलीटिकल पार्टीज दे इलेक्शन एजेंट्स है उन्होंने दिखाया जाए ऑन कैमरा दिखाया जाए ना तो साडे इलेक्शन एजेंट्स नूं दिखाया गया ना ऑन कैमरा दिखाया गया जो कल कोर्ट दे विच भी मसला चक्या गया सीगा जदों मैंशनिंग हुई सी मैं आप मौजूद सीगा कोर्ट रूम दे विच। दूजी गल सुनो इन्होंने भारतीय जनता पार्टी ने साडे देश की लोकतांत्रिक प्रोसैस साडी इलेक्टोरल प्रोसैस साडा संविधान साडा लोकतंत्र सारे अंडरमाइन किए हैं चेन ऑफ इवेंट्स देखो ਪਹਿਲਾਂ ਤਾਂ ਕਾਂਗਰਸ ਕੋਲ ਇੰਡੀਆ ਅਲਾਇੰਸ ਕੋਲੇ ਸੀਗੀਆਂ 20 ਵੋਟਾਂ ਤੇ ਭਾਰਤੀ ਜਨਤਾ ਪਾਰਟੀ ਕੋਲੇ ਸੀਗੀਆਂ 15 ਵੋਟਾਂ ਅਸੀਂ ਕਲੀਅਰ ਕੱਟ ਜਿੱਤ ਰਹੇ ਹਾਂ। ਹੁਣ ਦੂਜਾ ਚੇਨ ਆਫ ਇਵੈਂਟ ਦੇਖੋ 16 ਜਨਵਰੀ ਨੂੰ ਪਹਿਲਾਂ ਸੈਕਟਰੀ ਬਿਮਾਰ ਹੋ ਜਾਂਦਾ ਜੀ ਮਿਊਂਸੀਪਲ ਕਾਰਪੋਰੇਸ਼ਨ ਦਾ ਫਿਰ ਦੂਜਾ ਕੋਇਨਸੀਡੈਂਸ ਦੇਖੋ 18 ਜਨਵਰੀ ਨੂੰ ਪ੍ਰੈਜ਼ਾਈਡਿੰਗ ਅਫਸਰ ਬਿਮਾਰ ਹੋ ਜਾਂਦਾ ਫਿਰ ਤੀਜਾ ਕੋਇਨਸੀਡੈਂਸ ਦੇਖੋ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈਗਾ ਐਨਐਲ ਵੀ ਵਿੱਚ ਨਾ ਬੋਲੋ ਕੈਂਟੀ ਮੈਂ ਮੁਕੰਮਲ ਕਰਦਾ ਸਾਨੂੰ ਅੱਧਾ ਮਿੰਟ ਦਿੱਤਾ देखो इन्होंने की किया इन्होंने तरीक रखी 6 फरवरी एडा लंबा गैप पाया इन्होंने कारण की है यह सब पता है ता करके ऑनरेबल हाई कोर्ट ने इंटरवीन किया 30 जनवरी चौथा कोइंसिडेंस देखो कि जिहड़ा प्रिजाइडिंग ऑफिसर सीगा मेरा सवाल भी है बीजेपी नूं कि वो थोड़े एक्स प्रेसिडेंट बीजेपी के मिनोरिटी मोर्चा दे रहे है एसोसिएटेड तो नाल रहे है कि नहीं रहे। अगला कोइंसिडेंस देखो कि 8 वोटां साडियां इनवैलिडेट हो गईआं इंडिया दीआं लेकिन एक भी वोट भारतीय जनता पार्टी की नहीं इनवैलिडेट हुई। छेवां कोइंसिडेंस देखो
ਭਾਰਤੀ ਜਨਤਾ ਪਾਰਟੀ ਨੇ ਜਿਹੜੇ ਹਿਸਾਬ ਨਾਲ ਆ ਤੁਸੀਂ ਦੇਖਿਆ ਨਾ ਮੈਂ ਜਿਹੜੀ ਵੀਡੀਓ ਚਲਾਈ ਹੈ ਪ੍ਰੈਜ਼ਾਈਡਿੰਗ ਅਫਸਰ ਦੇ ਜਮਾ ਨੇੜੇ ਬੈਠਾ ਸੀਗਾ ਮੈਂ ਚਲੋ ਮੈਂ ਆ ਰਿਹਾ ਖੜਾ ਸਾਹਿਬ ਆ ਰਿਹਾ ਇੱਕ ਮਿੰਟ ਰੋਜੋ ਹਲੇ ਕੋਲ ਮੈਂ ਆ ਰਿਹਾ ਮਿਸਟਰ ਢਿੱਲੋਂ ਇੱਕ ਮਿੰਟ ਇੱਕ ਛੋਟਾ ਬ੍ਰੇਕ ਲਊਗਾ ਮੈਂ ਆ ਰਿਹਾ ਸਰ ਆ ਰਿਹਾ ਐਸੀ ਕਿਉਂ ਚੱਲਿਆ ਇੰਡੀਆ ਸਵਾਲ ਇਹੀ ਹੈ ਵਾਪਸ ਆ ਕੇ ਬੱਬੀ ਬਾਲ ਤੋਂ ਪੁੱਛੂਗਾ ਮੁੜ ਤੋਂ ਤੁਹਾਡਾ ਸਵਾਗਤ ਅਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਇੰਡੀਆ ਗੱਠਜੋੜ ਕੋਲ ਬਹੁਮਤ ਦੇ ਬਾਵਜੂਦ ਭਾਜਪਾ ਕੋਲ ਕਮਾਨ ਜਾਣ ਦਾ ਸੇਕ ਦਿੱਲੀ ਤੱਕ ਕਿਉਂ ਬੱਬੀ ਬਾਦਲ ਤੁਸੀਂ ਇਸ ਮੁੱਦੇ ਨੂੰ ਐਡਾ ਵੱਡਾ ਕਿਉਂ ਬਣਾ ਰਹੇ ਹੋ ਕਿ ਤੁਸੀਂ ਦਿੱਲੀ ਦੀਆਂ ਸੜਕਾਂ 'ਤੇ ਜਾਣਾ ਬੀਜੇਪੀ ਹੈੱਡਕੁਆਰਟਰ ਨੂੰ ਘੇਰਨਾ ਤੁਸੀਂ ਸੁਪਰੀਮ ਕੋਰਟ ਜਾਣਾ ਹਾਈ ਕੋਰਟ ਨੇ ਜਿਹੜੇ ਨੋਟਿਸ ਦਿੱਤਾ ਇੰਤਜ਼ਾਰ ਕਰ ਲਓ 3 ਹਫ਼ਤੇ ਦਾ ਵੈਸੇ ਤੁਹਾਡਾ ਹੱਕ ਹੈ ਜਿੱਥੇ ਮਰਜ਼ੀ ਜਾਓ ਤੁਸੀਂ ਬੱਬੀ ਬਾਦਲ ਕੇ ਪੀ ਜੀ ਗੱਲ ਮੁੱਦਾ ਬੜਾ ਸੰਜੀਦਾ ਹੈ ਗੱਲ ਇਹ ਹੈ ਬੜੀ ਫਿਕਰਮੰਦ ਵਾਲੀ ਜਿਹੜੀ ਗੱਲ ਹੈ ਕਿ ਦੇਖੋ ਸਭ ਨੂੰ ਪਤਾ ਕੀ ਹੋਇਆ ਮੈਂ ਤਾਂ ਸਮਝਦਾ ਮੈਂ ਤਾਂ ਇਹ ਸਲਾਹ ਦੇਊਂਗਾ ਕਿ ਜਿਹੜਾ ਛੋਟਾ ਬੱਚਾ ਵੀ ਹੈ ਨਾ ਅੱਜ ਚੰਡੀਗੜ੍ਹ ਵਿੱਚ ਉਹਨੂੰ ਵੀ ਪਤਾ ਹੈ ਵੀ ਅਸਲੀਅਤ ਕੀ ਹੋਈ ਹੈ ਲੇਕਿਨ ਦੁੱਖ ਦੀ ਗੱਲ ਤਾਂ ਜਿਹੜੀ ਸ਼ੌਕਿੰਗ ਗੱਲ ਹੈ ਉਹ ਹੈ ਕਿ ਹਾਈ ਕੋਰਟ ਦੀ ਨਿਗਰਾਨੀ 'ਚ ਇਲੈਕਸ਼ਨ ਹੋ ਰਿਹਾ ਹੋਵੇ ਉੱਥੇ ਵੀ ਪ੍ਰਜ਼ਾਈਡਿੰਗ ਅਫਸਰ ਦਾ ਐਟੀਟਿਊਡ ਇਹ ਹੋਵੇ ਔਰ ਉਹਦੇ ਬਾਵਜੂਦ ਹੁਣ ਇਹ ਸਿਸਟਮ ਦੇਖੋ ਤੁਸੀਂ ਕਿ ਮੈਂ ਕਹਿੰਦਾ ਕੇਂਦਰ ਸਰਕਾਰ ਦੀ ਪਹੁੰਚ ਅਤੇ ਸਿਸਟਮ ਦੀ ਪਹੁੰਚ ਕਿੱਥੋਂ ਤੱਕ ਆ ਗਈ ਕਿ ਅੱਜ ਤਾਂ ਮੈਂ ਇਹ ਵੀ ਕਹੂੰਗਾ ਕਿ ਸਾਨੂੰ ਸੁਪਰੀਮ ਕੋਰਟ ਤੋਂ ਹੀ ਆਸ ਰਹਿ ਗਈ ਹਾਈ ਕੋਰਟ ਨੂੰ ਵੀ 3 ਹਫ਼ਤੇ ਦਾ ਟਾਈਮ ਜਿਹੜਾ ਉਹਨਾਂ ਨੇ ਦਿੱਤਾ ਹਾਈ ਕੋਰਟ ਤੇ ਵਿਸ਼ਵਾਸ ਨਹੀਂ ਤੁਹਾਨੂੰ ਦੇਖੋ ਵਿਸ਼ਵਾਸ ਸਾਨੂੰ ਤਾਂ ਅੱਜ ਸਾਡੀ ਇੱਜ਼ਤ ਦੀ ਗੱਲ ਨਹੀਂ ਕੋਈ ਮੇਅਰ ਦੀ ਗੱਲ ਨਹੀਂ ਅੱਜ ਲੋਕਾਂ ਨੇ ਕੋਰਟ ਹਾਈ ਕੋਰਟ ਦੀ ਪ੍ਰਤਿਸ਼ਠਾ ਦੀ ਗੱਲ ਹੈ ਉਹਨਾਂ ਦੀ ਇੱਜ਼ਤ ਦੀ ਗੱਲ ਹੈ ਕੋਰਟ ਆਰਡਰ ਕਰੇ ਇਲੈਕਸ਼ਨ ਔਰ ਉਹਦੇ ਵਿੱਚ ਪ੍ਰਜ਼ਾਈਡਿੰਗ ਅਫਸਰ ਦੀ ਇੰਨੀ ਜ਼ੁਰਤ ਕਿ ਇਸ ਤੋਂ ਬਾਅਦ ਵੀ ਔਰ ਚੰਡੀਗੜ੍ਹ ਪ੍ਰਸ਼ਾਸਨ ਦੀ ਇੰਨੀ ਜ਼ੁਰਤ ਵੀ ਚੰਡੀਗੜ੍ਹ ਪ੍ਰਸ਼ਾਸਨ ਮੀਡੀਆ ਦੀ ਐਂਟਰੀ ਬੈਨ ਕਰਦੇ ਬੱਬੀ ਬਾਦਲ ਬੱਬੀ ਬਾਦਲ ਇੱਕ ਸਵਾਲ ਹੈ ਤੁਹਾਨੂੰ ਵੈਸੇ ਤੰਗ ਕਰੂਗਾ ਸਵਾਲ ਹੈ ਬੱਬੀ ਬਾਦਲ ਤੁਸੀਂ ਕਹਿੰਦੇ ਪੰਜਾਬ ਦੇ ਇੰਨੇ ਫੰਡ ਬਾਕੀ ਹੈ ਇੰਨਾ ਸਭ ਕੁਝ ਤੁਸੀਂ ਉਸ ਲਈ ਕੋਈ ਪ੍ਰੋਟੈਸਟ ਨਹੀਂ ਕਰ ਰਹੇ ਦਿੱਲੀ ਪਰ ਤੁਸੀਂ ਮੇਅਰ ਦੇ ਇਲੈਕਸ਼ਨ ਵਾਸਤੇ ਤਾਂ ਪ੍ਰੋਟੈਸਟ ਕਰਨ ਚੱਲੇ ਹੋ ਦਿੱਲੀ ਸਰ ਦੇਖੋ ਲੋਕਤਾਂਤਰਿਕ ਦੇਸ਼ ਦੇ ਅੰਦਰ ਜਦੋਂ ਲੋਕਤੰਤਰ ਦੀ ਭਰੂਣ ਹੱਤਿਆ ਕਰ ਦਿੱਤੀ ਜਾਵੇ ਕੇ ਪੀ ਜੀ ਉਦੋਂ ਵੱਧ ਵੱਡਾ ਸਵਾਲ ਕੀ ਹੋ ਸਕਦਾ ਔਰ ਮੈਂ ਮੇਰੇ ਸਾਥੀ ਭੁੱਲਰ ਸਾਹਿਬ ਨੇ ਵੀ ਕਿਹਾ ਮੇਰੇ ਪੁਰਾਣੇ ਮਿੱਤਰ ਹੈ ਮੈਂ ਪੁੱਛਣਾ ਚਾਹੂੰਗਾ ਬੰਦੀ ਸਿੰਘਾਂ ਦਾ ਮਸਲਾ ਹੱਲ ਹੋ ਗਿਆ ਜਿਹੜਾ ਤੁਸੀਂ ਬੀਜੇਪੀ ਨੂੰ ਵੋਟ ਪਾਤੀ ਤੁਸੀਂ ਕਹਿੰਦੇ ਹੋ ਕਿ ਅਸੀਂ ਵੋਟ ਪਾਤੀ ਬੀਜੇਪੀ ਨੂੰ ਜਾਂ ਅਸੀਂ ਫੈਸਲਾ ਛੱਡਤਾ ਉਹਨਾਂ 'ਤੇ ਜਿਹੜੇ ਸਾਡੇ ਇੱਥੋਂ ਦੇ ਐੱਮ ਸੀ ਸੀ ਕਿ ਬੀਬਾ ਹਰਸਿਮਰਤ ਜੀ ਬਾਦਲ ਜਿਹੜੇ ਪਾਰਲੀਮੈਂਟ ਵਿੱਚ ਉਹਨਾਂ ਨੇ ਸਵਾਲ ਚੱਕਿਆ ਬੰਦੀ ਸਿੰਘਾਂ 'ਤੇ ਕਿ ਇੱਕ ਵਾਰ ਉਹਨਾਂ ਨੂੰ ਅੱਜ ਜਦੋਂ ਬੀਜੇਪੀ ਨੂੰ ਤੁਹਾਡੀ ਲੋੜ ਹੈ ਤੁਸੀਂ ਬਿਨਾਂ ਸ਼ਰਤ ਸਮਰਥਨ ਦੇ ਦਿੰਦੇ ਹੋ ਚਲੋ ਤੁਹਾਡਾ ਸਵਾਲ ਮੈਂ ਲਊਂਗਾ ਪ੍ਰਸਮਨਜੀਤ ਸਿੰਘ ਪ੍ਰਸਮਨਜੀਤ ਸਿੰਘ ਹਾਈ ਕੋਰਟ ਨੇ ਨੋਟਿਸ ਦਿੱਤਾ 3 ਹਫ਼ਤੇ ਦਾ ਅਤੇ ਸਰ ਸੁਪਰੀਮ ਕੋਰਟ ਜਾਣ ਦਾ ਬਿਆਨ ਕਿਉਂ ਦੇ ਰਿਹਾ ਸੀਐਮ ਸਾਹਿਬ ਦੇਖੋ ਇਹ ਗੱਲ ਤਾਂ ਮੈਨੂੰ ਵੀ ਚੁੱਭੀ ਹੈ ਕਿ ਜਦੋਂ 6 ਫਰਵਰੀ ਦੀਆਂ ਚੋਣਾਂ ਫੈਸਲਾ ਕੀਤਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਤੇ ਹਾਈ ਕੋਰਟ ਨੇ ਇੰਟਰਵੀਨ ਕਰਕੇ ਉਹਦੀ 30 ਜਨਵਰੀ ਰੱਖੀ ਫਿਰ ਕੱਲ ਜਿਹੜੀ ਅਰਜੈਂਟ ਤੌਰ ਦੇ ਉੱਤੇ ਉਹਨੂੰ ਸੁਣਿਆ ਗਿਆ ਕੇਸ ਨੂੰ ਤੁਰੰਤ ਲਾਇਆ ਗਿਆ ਔਰ ਸਾਨੂੰ ਤੇ ਉਮੀਦ ਸੀ ਵੀ 1-2 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦੀ ਤਹਿਕੀਕਾਤ ਬੈਲਟ ਪੇਪਰ ਉੱਥੇ ਮੰਗਾਏ ਜਾਣਗੇ ਸਾਰੀ ਗੱਲ ਹੋਊਗੀ ਪਹਿਲਾਂ ਇਹ ਸਾਰਾ ਰਿਕਾਰਡ ਮੰਗਾਇਆ ਜਾਊਗਾ ਉਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਰੀ ਗੱਲ ਜਿਸ ਤਰ੍ਹਾਂ FIR ਹੋਵੇ ਜੋ ਵੀ ਹੋਵੇ ਉਸ ਪਾਸੇ ਨੂੰ ਗੱਲ ਚੱਲੂਗੀ ਇਹ ਗੱਲ ਚੱਲ ਪਈ ਤਰੀਕਾਂ ਪਾਉਣ ਵੱਲ ਵੀ ਹੁਣ 3 ਹਫ਼ਤੇ ਦੀ ਤਰੀਕ ਹੁਣ ਕਿਉਂ 3 ਹਫ਼ਤੇ ਦੀ ਸਾਰਾ ਕੁਝ ਤਾਂ ਸਾਹਮਣੇ ਹੋਇਆ ਲੋਕ ਚਾਹੁੰਦੇ ਆ ਉਹਦਾ ਕੋਈ ਸਾਨੂੰ ਹੱਲ ਕਰਕੇ ਦੱਸੋ ਗਲਤ ਆ ਜੇ ਕਾਂਗਰਸ ਨੇ ਆਪ ਵੋਟਾਂ ਗਲਤ ਪਾਤੀਆਂ ਜਾਣ ਬੁੱਝ ਕੇ ਗਲਤ ਕਰਤੀਆਂ ਇਹੋ ਜਿਹਾ ਹੁੰਦਾ ਆ ਤਾਂ ਉਹ ਵੀ ਤੇ ਲੋਕਾਂ ਦੇ ਸਾਹਮਣੇ ਆਵੇ ਨਾ ਵੀ ਹੋ ਕੀ ਰਿਹਾ ਆ ਇਸ ਵੇਲੇ ਦੋਵੇਂ ਪਾਸੇ ਦੋਵੇਂ ਓਪੀਨੀਅਨ ਹੈਗੀਆਂ ਪਰ ਪ੍ਰੈਡੋਮੀਨੈਂਟ ਮੁੱਖ ਤੌਰ ਤੇ ਆ ਕਿ ਜਿਹੜਾ ਮੇਅਰ ਦੀ ਕੁਰਸੀ ਨੂੰ ਹੱਥ ਪਾਉਣ ਲਈ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਹੋਇਆ ਲੁੱਟੀ ਗਈ ਆ ਮੇਅਰ ਦੀ ਪੋਸਟ ਇਹ ਆਮ ਭਾਵਨਾ ਬਣੀ ਹੋਈ ਹੈ ਲੋਕਾਂ ਨੂੰ ਤੁਸੀਂ ਇਹ ਚੰਗਾ ਮੂਵ ਮੰਨਦੇ ਹੋ ਜੇ ਸੁਪਰੀਮ ਕੋਰਟ ਜਾਂਦੇ ਆ ਤਾਂ ਦੇਖੋ ਮੈਨੂੰ ਲੱਗਦਾ ਕਿ ਜੇ ਇਹੋ ਜਿਹੇ ਸੰਵੇਦਨਸ਼ੀਲ ਮਾਮਲੇ ਦੇ ਉੱਤੇ ਜਿਹੜੀ ਕਿ ਇਸ ਵੇਲੇ ਨੈਸ਼ਨਲ ਨਿਊਜ਼ ਆ ਇਹ ਕੇ ਪੀ ਜੀ ਤੁਸੀਂ ਵੀ ਜਾਣਦੇ ਆ ਕਲਕੱਤੇ ਤੋਂ ਫੋਨ ਆ ਰਿਹਾ ਵਾ ਚੰਡੀਗੜ੍ਹ 'ਚ ਕੀ ਹੋ ਰਿਹਾ ਸਾਊਥ ਤੋਂ ਫੋਨ ਆ ਰਿਹਾ ਵੀ ਇਹ ਕੀ ਹੋ ਰਿਹਾ ਇਸ ਲਈ ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਜਿਹੜੀ ਬਿਲਕੁਲ ਨਿਗੂਣੀ ਜਿਹੀ ਇੱਕ ਰਾਜਨੀਤਿਕ ਇਵੈਂਟ ਸੀ
ਉਹ ਨੈਸ਼ਨਲ ਲੈਵਲ ਤੇ ਫਲੈਸ਼ ਹੋਈ ਉਹਦਾ ਕਾਰਨ ਸੀਗਾ ਕਿਉਂਕਿ ਇਹ ਦੋ ਪਾਰਟੀਆਂ ਪਹਿਲੀ ਵਾਰੀ ਕੁਝ ਰਲ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਕਿਤੇ ਕੁਝ ਆਪਣੀ ਜਿੱਤ ਦਾ ਸਵਾਦ ਲੈਣ ਨੂੰ ਤਿਆਰ ਬੈਠੀਆਂ ਸੀ ਤੇ ਬੀਜੇਪੀ ਬਾਰ ਬਾਰ ਕਹਿੰਦੀ ਸੀ ਉਹ ਪਹਿਲਾਂ ਹੀ ਨਾ ਖੁਸ਼ੀਆਂ ਮਨਾਈ ਜਾਓ ਐਡਾ ਸੌਖਾ ਨਹੀਂ ਐਡਾ ਸੌਖਾ ਨਹੀਂ ਕਰਤਾ ਦਿਖਾਲਤਾ ਉਹਨਾਂ ਨੇ ਕਿ ਐਡਾ ਸੌਖਾ ਨਹੀਂ ਠੀਕ ਠੀਕ ਹੁਣ ਸਵਾਲ ਆ ਕਿ ਲੋਕ ਕੀ ਕਰਨ ਮੈਂ ਇਹ ਗੱਲ ਤੁਹਾਡੀ ਮੰਨਦਾ ਕਿ ਪਾਰਲੀ ਉੱਥੇ ਸੁਪਰੀਮ ਕੋਰਟ 'ਚ ਜਾਣਾ ਇੱਧਰ ਡਿਮੋਨਸਟ੍ਰੇਸ਼ਨ ਕਰਨੇ ਨਹੀਂ ਕਰਨੇ ਉਹ ਪੋਲੀਟੀਕਲ ਪਾਰਟੀਆਂ ਦੀ ਪੋਲੀਟਿਕਸ ਆ ਪਰ ਜੇ ਜਾਂਦੇ ਆ ਤੇ ਮੈਨੂੰ ਉਹਦੇ 'ਚ ਕੋਈ ਗਲਤ ਗਲਤ ਨਹੀਂ ਲੱਗਦਾ ਮੈਨੂੰ ਲੱਗਦਾ ਜਾਣਾ ਚਾਹੀਦਾ ਠੀਕ ਠੀਕ ਮਿਸਟਰ ਢਿੱਲੋਂ ਬੋਲੋ ਦੇਖੋ ਪਹਿਲੀ ਗੱਲ ਤਾਂ ਸਭ ਤੋਂ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਕੌਣ ਨੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵੰਤ ਸਿੰਘ ਮਾਨ ਲਗਾਤਾਰ ਇਹ ਬਿਆਨ ਦਿੰਦੇ ਰਹੇ ਆ ਕਿ ਸਾਡਾ ਕੋਈ ਅਲਾਇੰਸ ਨਹੀਂ ਕਾਂਗਰਸ ਦੇ ਨਾਲ ਅਸੀਂ ਇਕੱਲੇ ਨਾਲ ਇਲੈਕਸ਼ਨ ਲੜਨੀ ਹੈ ਦਿੰਦੇ ਰਹੇ ਕਿ ਨਹੀਂ ਦਿੰਦੇ ਰਹੇ ਸਭ ਨੂੰ ਪਤਾ ਇਸ ਗੱਲ ਦਾ ਪਹਿਲਾਂ ਉਹ ਕਹਿੰਦੇ ਰਹੇ ਕਿ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਇਲੈਕਸ਼ਨ ਤੋਂ 2 ਦਿਨ ਪਹਿਲਾਂ ਉਹਨਾਂ ਦਾ ਬਿਆਨ ਆਇਆ ਕਿ ਅਸੀਂ 14 ਦੀਆਂ 14 ਸੀਟਾਂ ਆਮ ਆਦਮੀ ਪਾਰਟੀ ਲੜੂਗੀ ਲੋਕ ਸਭਾ ਦੀਆਂ 14ਵੀਂ ਸੀਟ ਚੰਡੀਗੜ੍ਹ ਵਾਲੀ ਸੀ ਇਹ ਦੂਜੇ ਪਾਸੇ ਕਾਂਗਰਸ ਦੇ ਜਿੰਨੇ ਵੱਡੇ ਲੀਡਰ ਹੈ ਪੰਜਾਬ ਤੋਂ ਤੁਸੀਂ ਸ਼ੁਰੂ ਹੋ ਜਾਓ ਚਾਹੇ ਉਹ ਆਪੋਜੀਸ਼ਨ ਦੇ ਲੀਡਰ ਦੂਜੀ ਗੱਲ ਇਹਨਾਂ ਨੇ ਸੁਣ ਲਓ ਸਰ ਤੁਹਾਨੂੰ ਟਾਈਮ ਮਿਲ ਗਿਆ ਢਿੱਲੋਂ ਸਾਹਿਬ ਜੀ ਢਿੱਲੋਂ ਸਾਹਿਬ ਤੁਹਾਨੂੰ ਉਹਨਾਂ ਦੇ ਅਲਾਇੰਸ ਤੋਂ ਪ੍ਰੋਬਲਮ ਹੈ ਜਾਂ ਉਹਨਾਂ ਦੇ ਅਲਾਇੰਸ ਜਿਹੜੀਆਂ ਬਣ ਗਈਆਂ ਸੀਟਾਂ 20 ਸੀਟਾਂ ਬਣ ਗਈਆਂ ਉਹ ਤਾਂ ਪ੍ਰੋਬਲਮ ਹੈ ਮੈਂ ਅਗਲੀ ਗੱਲ ਦੱਸਦਾ ਜਦੋਂ ਇਹਨਾਂ ਨੇ ਇੱਥੇ ਖਿਚੜੀ ਪਕਾਈ ਚੰਡੀਗੜ੍ਹ ਦੇ ਵਿੱਚ ਇਹ ਸਾਡੇ ਇੱਥੇ ਐਮਪੀ ਨੇ ਜਿਹੜੇ ਰਹੇ ਪਹਿਲਾਂ ਕਾਂਗਰਸ ਤੋਂ ਪਵਨ ਕੁਮਾਰ ਬਾਂਸਲ ਜੀ ਉਹਨਾਂ ਨੂੰ ਇੱਛਾ ਜਾਗੀ ਕਿ ਮੈਂ ਇੱਥੋਂ ਦੀ ਜੇ ਇਹਨਾਂ ਨੂੰ ਕਰਕੇ ਐਵੇਂ ਦੀ ਔਫਰ ਕਿ ਤੁਸੀਂ ਮੇਅਰ ਦਾ ਇਲੈਕਸ਼ਨ ਜਿੱਤ ਦੋ ਤਾਂ ਮੇਅਰ ਦੀ ਸੀਟ ਲੈ ਲਓ ਮੈਨੂੰ ਐਮ ਪੀ ਦੀ ਇਲੈਕਸ਼ਨ ਲੜੂੰਗਾ ਅਤੇ ਮੈਂ ਸ਼ਾਇਦ ਮੇਰਾ ਬੇੜਾ ਪਾਰ ਹੋ ਜੂਗਾ ਕਿਉਂਕਿ 2 ਵਾਰ ਤੋਂ ਹਾਰ ਰਹੇ ਨੇ ਉਹਨਾਂ ਨੇ ਇੱਥੇ ਖਿਚੜੀ ਪਕਾਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਨਹੀਂ ਗੱਲ ਬਣਦੀ ਕਿ ਮੇਅਰ ਦਾ ਇਲੈਕਸ਼ਨ ਵੀ ਅਸੀਂ ਇਹਨਾਂ ਦੇ ਹੱਥ 'ਚ ਦੇ ਦਿੱਤਾ ਔਰ ਐਮ ਪੀ ਵਾਸਤੇ ਵੀ ਮਨਾ ਕਰਦੇ ਪਏ ਨੇ ਵੀ ਨਹੀਂ ਅਸੀਂ 14 ਦੀਆਂ 14 ਸੀਟਾਂ ਲੜਨੀਆਂ ਨੇ ਅਤੇ ਜਿਹੜਾ ਇਹਨਾਂ ਦਾ ਪਿਛਲੇ 1.5 ਘੱਟੋ ਘੱਟ 15 ਤੋਂ 20 ਦਿਨਾਂ ਤੋਂ ਇਹ ਜਿਹੜੇ ਲੋਕ ਇਹਨਾਂ ਦੇ ਐਮ ਸੀ ਸੀਗੇ ਇਹ ਕਿਡਨੈਪ ਕਰਕੇ ਰੱਖੇ ਗਏ ਆਮ ਆਦਮੀ ਪਾਰਟੀ ਦੁਆਰਾ ਔਰ ਆਪਣੀ ਗੱਲ ਮੈਂ ਗੱਲ ਪੂਰੀ ਕਰ ਬਾਂਸਲ ਗੇਮ ਕਰਕੇ ਪਵਨ ਬਾਂਸਲ ਨਹੀਂ ਗੇਮ ਕਰ ਰਹੇ ਇਹਨਾਂ ਦੇ ਕੌਂਸਲਰ ਗੇਮ ਕਰਕੇ ਇਹਨਾਂ ਦੇ ਕੌਂਸਲਰਾਂ ਨੇ ਇਸ ਚੀਜ਼ ਦਾ ਜਦੋਂ ਕੈਦ ਕਰਕੇ ਰੱਖੇ ਇਹਨਾਂ ਦੇ ਨਾਲ ਕੀ ਸਲੂਕ ਹੋਇਆ ਉਹਨਾਂ ਨੇ ਗੇਮ ਕੀਤੀ ਉਹਨਾਂ ਨੇ ਆਏ ਤੁਹਾਡੇ ਕੋਲੇ ਆਏ ਤੁਹਾਡੇ ਕੋਲੇ ਆਏ ਮੈਂ ਦੱਸ ਦਿੰਦਾ ਸਾਡੇ ਖੜਿਆ ਸਾਹਿਬ ਇੱਕ ਮਿੰਟ ਚੰਡੀਗੜ੍ਹ ਛੋਟਾ ਸ਼ਹਿਰ ਹੈ ਕੌਣ ਨਹੀਂ ਇੱਕ ਦੂਜੇ ਨੂੰ ਜਾਣਦਾ ਸਭ ਦਾ ਪਤਾ ਹੁੰਦਾ ਕੌਣ ਕੀ ਕਰ ਰਿਹਾ ਕੀ ਸਲੂਕ ਨਹੀਂ ਸਲੂਕ ਕੀ ਹੋਇਆ ਇੱਥੇ ਪ੍ਰੂਵ ਇਹ ਹੋਇਆ ਕਿ ਉਹਨਾਂ ਨੇ ਆਪਦੀਆਂ ਵੋਟਾਂ ਇਹਨਾਂ ਨੂੰ ਚਣੇ ਦੇ ਝਾੜ ਦੇ ਚੜਾਉਣ ਤੋਂ ਬਾਅਦ ਕਿ ਮੇਅਰ ਤੁਹਾਡਾ ਬਣਾ ਦੇਵਾਂਗੇ ਉਸ ਤੋਂ ਬਾਅਦ ਅੰਦਰ ਜਾ ਕੇ ਗੇਮ ਕਰਤੀ ਆਪਣੀਆਂ ਵੋਟਾਂ ਕੈਂਸਲ ਕੀਤੀਆਂ ਤੇ ਸ਼ਰਮ ਗੱਲ ਹੈ ਇਹਦੇ ਚ ਕਿਸੇ ਦਾ ਕੋਈ ਲੈਣ ਦੇਣ ਨਹੀਂ ਤੁਸੀਂ ਬਹੁਤ ਵੱਡਾ ਇਲਜ਼ਾਮ ਲਾਇਆ ਇਹਨਾਂ ਨਾਲ ਸਲੂਕ ਹੋਇਆ ਇਹਨਾਂ ਨੂੰ ਰੱਖਿਆ ਗਿਆ ਕੀ ਸਲੂਕ ਹੋਇਆ ਸਰ ਇਹ ਤੇ ਉਹ ਦੱਸ ਸਕਦੇ ਨਾ ਤੁਹਾਨੂੰ ਉਹਨਾਂ ਨੂੰ ਬੁਲਾ ਕੇ ਪੁੱਛੋ ਯਾਰ ਉਹਨਾਂ ਆਪਸ ਗੱਲ ਹੁੰਦੀ ਹੈ ਤਾਂ ਨਹੀਂ ਹੁੰਦੀ ਹੈ ਉਹਨਾਂ ਨੂੰ ਮਿਸਬੇਵ ਹੋਇਆ ਕੈਦ ਕਰਕੇ ਰੱਖੇ ਨਹੀਂ ਬੱਬੀ ਬਾਦਲ ਮਿਸਟਰ ਖੜਿਆਲ ਮੈਨੂੰ ਪਤਾ ਸਰ ਕੀ ਪੁੱਛਣਾ ਪੜੋਜੋ ਪਲੀਜ਼ ਇਲੈਕਸ਼ਨਾਂ ਦਾ ਏਦਾਂ ਕਰੋ ਪਲੀਜ਼ ਨਹੀਂ ਚੰਡੀਗੜ੍ਹ ਦੱਸ ਦੇਣਾ ਐਮਪੀ ਦੀ ਇਲੈਕਸ਼ਨ ਕੌਣ ਲੜੂਗਾ ਮੈਂ ਪੁੱਛੂਗਾ ਬੱਬੀ ਬਾਦਲ ਜੀ ਇਹ ਬੀਜੇਪੀ ਇਲਜ਼ਾਮ ਲਾ ਰਹੀ ਹੈ ਕਿ ਜਿਹੜਾ ਕੌਂਸਲਰਾਂ ਨਾਲ ਤੁਸੀਂ ਸਲੂਕ ਕੀਤਾ ਉਹਨਾਂ ਨੇ ਤੁਹਾਨੂੰ ਉੱਥੇ ਦੱਸਤਾ ਵੀ ਕੁਰਸੀ ਹੁੰਦੀ ਕੀ ਹੈ ਬੱਬੀ ਦੇਖੋ ਗੱਲ ਇਹ ਹੈ ਕਿ ਜਿਹੜੇ ਕੌਂਸਲਰਾਂ ਨੂੰ ਬੀਜੇਪੀ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਦਬਾਅ ਬਣਾਇਆ ਔਰ ਉਹਨਾਂ ਨੇ ਆਪਣੇ ਫਿਰ ਵੀ ਉਹਨਾਂ ਨੇ ਘੁਟਨੇ ਨਹੀਂ ਟੇਕੇ ਉਹਨਾਂ ਬਹਾਦਰ ਕੌਂਸਲਰਾਂ ਨੇ ਮੈਂ ਕਹੂੰਗਾ ਕਿ ਇੰਨਾ ਪ੍ਰੈਸ਼ਰ ਦੇ ਬਾਵਜੂਦ ਇੰਨੇ ਲਾਲਚ ਦੇ ਬਾਵਜੂਦ ਉਹ ਖੜ੍ਹੇ ਰਹੇ ਔਰ ਉਹਨਾਂ ਦੇ ਉਹੀ ਕਾਉਂਸਲਰ ਸੀ ਜਿਹੜੇ ਰੋਂਦੇ ਸੀ ਉਹਨਾਂ ਦੀਆਂ ਫੋਟੋਆਂ ਆਈਆਂ ਵੀਡੀਓ ਆਈਆਂ ਕਿ ਉਹਨਾਂ ਨੇ ਅਥਰੂ ਵਗਾਏ ਇੱਕ ਵੀ ਕਾਉਂਸਲਰ ਨੇ ਕਿ ਕੋਈ ਰਿਪੋਰਟ ਕੀਤੀ ਕਿ ਸਾਨੂੰ ਆਪਣੀ ਮਰਜ਼ੀ ਤੋਂ ਜੀ ਕਿਸੇ ਨੇ ਅਗਵਾਹ ਕਰਕੇ ਰੱਖਿਆ ਹੋਇਆ ਕੀਤੀ ਕਿਸੇ ਕਾਉਂਸਲਰ ਦੀ ਜਦੋਂ ਤੁਸੀਂ ਨੋਮੀਨੇਸ਼ਨ ਕੈਂਸਲ ਕਰਾਇਆ ਉਹਦੇ ਫਾਦਰ ਨੇ ਕੰਪਲੇਨ ਕੀਤੀ ਦੇਖੋ ਫਾਦਰ ਕੰਪਲੇਨ ਗੁਰਚਰਨ ਸਿੰਘ ਕਾਲਾ ਉਹਦੇ ਬੇਟੇ ਨੇ ਐਫ ਆਈ ਆਰ ਕਰਾਈ ਹੈ ਕਿ ਮੇਰੇ ਵੀ ਉਹਨੂੰ ਇਹਨਾਂ ਨੇ ਕਿਡਨੈਪ ਕੀਤਾ ਮੇਰਾ ਪੁਆਇੰਟ ਤੁਸੀਂ ਸਾਬਤ ਕਰ ਰਹੇ ਹੋ ਮੇਰਾ ਪੁਆਇੰਟ ਇਹ ਸਾਬਤ ਕਰ ਰਿਹਾ ਹੈ ਕਿ ਕਿਸੇ ਦੇ ਬਾਪ ਤੋਂ ਇਹਨਾਂ ਨੇ ਕੰਪਲੇਂਟ ਕਰਾਈ ਕਿਸੇ ਦੇ ਬੇਟੇ ਤੋਂ ਕਰਵਾਈ ਇਹ ਵੀ ਅਸੀਂ ਲੇਕਿਨ ਸੁਣ ਲਓ ਨਾ ਇੱਕ ਜਿਹੜੇ ਗੱਲ ਸੁਣੀ ਆਪਾਂ ਇਦਾਂ ਲੱਗਦੀ ਪਲੀਜ਼ ਕਾਉਂਸਲਰ ਸਾਰੇ ਇਕੱਠੇ ਆ ਅੱਜ ਵੀ ਇਕੱਠੇ ਆ ਮੈਂ ਚੈਲੰਜ ਕਰਦਾ ਹਾਂ ਕਿ ਹਾਈ ਕੋਰਟ ਦੇ ਸਾਹਮਣੇ ਪਰੇਡ ਕਰ ਦਿੰਦੇ ਆ ਅੱਜ ਵੀ ਸਾਹਮਣੇ ਕਰ ਦਿੰਦੇ ਆ 20 ਵੋਟਾਂ ਇੱਕ ਪਾਸੇ ਤੇ 16 ਵੋਟਾਂ ਇੱਕ ਹਾਈ ਕੋਰਟ ਦਾ ਵਿੱਚ ਕੀ ਲੈਣਾ ਦੇਣਾ ਢਿੱਲੋਂ ਸਾਹਿਬ ਗੱਲ ਢਿੱਲੋਂ ਸਾਹਿਬ ਤੁਹਾਡਾ ਢਿੱਲੋਂ ਸਾਹਿਬ ਆਪਣੇ ਆਪ ਨਾ ਚੱਲੋ ਨਾ ਢਿੱਲੋਂ ਸਾਹਿਬ ਮੈਂ ਸਵਾਲ ਕਰ ਰਿਹਾ ਤੁਹਾਨੂੰ ਇਦਾਂ ਨਾ ਕਰੋ ਪਲੀਜ਼ ਢਿੱਲੋਂ ਸਾਹਿਬ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਜਿਹੜਾ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਕਿਡਨੈਪ ਕਰਕੇ ਰੱਖਿਆ ਗਿਆ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਚੰਗਾ ਸਲੂਕ ਨਹੀਂ ਹੋਇਆ
ਉਹਨਾਂ ਕੌਂਸਲਰਾਂ ਨੇ ਵਾਪਸ ਆਉਣ ਤੋਂ ਬਾਅਦ ਕਿ ਆਪ ਕੋਈ ਸ਼ਿਕਾਇਤ ਦਰਜ ਕਰਾਈ ਸਾਡੇ ਨਾਲ ਬਦਸਲੂਕੀ ਹੋਈ ਹੈ, ਸਾਡਾ ਸਲੂਕ ਚੰਗਾ ਨਹੀਂ ਹੋਇਆ, ਮੈਂ ਉਹਨਾਂ ਦੇ ਨਾ ਪੁੱਤਰ ਦੀ ਗੱਲ ਕਰ ਰਿਹਾ ਨਾ ਪਿਓ ਦੀ ਗੱਲ ਕਰ ਰਿਹਾ। ਇਹਨਾਂ ਦਾ ਕੌਂਸਲਰ ਸੀਗਾ ਬੰਟੀ, ਬੰਟੀ ਦੇ ਆਪ ਮੈਸੇਜ ਆਏ ਸਾਡੇ ਇੱਕ ਕੌਂਸਲਰ ਕੋਲੇ ਕਿ ਮੈਨੂੰ ਯਾਰ ਇੱਥੋਂ ਕੱਢ ਕੇ ਲੈ ਜਾਓ, ਇਹਨਾਂ ਨੇ ਮੇਰਾ ਦਮ ਘੁੱਟਣਾ ਕੀਤਾ ਪਿਆ। ਉਹਦੇ ਫਾਦਰ ਨੂੰ ਉਹਨੇ ਆਪਣੇ ਨਾਲ ਮੈਸੇਜ ਕੀਤੇ ਸਰ, ਉਹਨਾਂ ਨੇ ਉਹ ਮੇਰੀ ਪੂਰੀ ਗੱਲ ਦੇਖੋ ਜ਼ਿਆਦਾ ਗੱਲ ਕਰ ਲੈਣ ਦਿਓ, ਉਹਨੇ ਤਾਂ ਰਹਿਣ ਦਿੰਦਾ ਤਾਂ ਵੇਚਣਾ ਬੋਲੋ, ਮੈਂ ਉਹਨਾਂ ਰੋਕਦਾ ਤੁਸੀਂ ਵਿੱਚ ਬੋਲ ਪਿਓ, ਮੈਂ ਆ ਰਿਹਾ ਖਡਾਲ ਸਾਹਿਬ, ਆ ਰਿਹਾ ਖਡਾਲ ਸਾਹਿਬ, ਆ ਰਿਹਾ ਮੈਨੂੰ ਆਂਦਾ ਸਰ ਸਵਾਲ ਕਰਨਾ ਖਡਾਲ ਸਾਹਿਬ ਪਲੀਜ਼। ਢਿੱਲੋ ਸਾਹਿਬ ਸਵਾਲ ਬੜਾ ਸਿੱਧਾ ਹੈ, ਉਹਨਾਂ ਨੇ ਵਾਪਸ ਆ ਕੇ ਇੱਥੇ ਵੋਟ ਪਾਈ ਨਾ, ਹੁਣ ਤਾਂ ਆਜ਼ਾਦ ਘੁੰਮ ਰਹੇ ਨਾ ਉਹ, ਹੁਣ ਤਾਂ ਨਹੀਂ ਕਿਡਨੈਪ ਕੀਤਾ ਹੋਇਆ ਤੁਹਾਨੂੰ, ਪੁੱਛ ਲਓ ਉਹਨਾਂ ਨੂੰ ਜਾ ਕੇ, ਨਹੀਂ ਤੁਸੀਂ ਦੱਸੋ ਨਾ ਉਹਨਾਂ ਨੇ ਕੋਈ ਸ਼ਿਕਾਇਤ ਦਰਜ ਕਰਾਈ ਪੁਲਿਸ ਵਾਲੇ ਕੋਲ, ਮੈਂ ਉਹਦਾ ਪ੍ਰਵਕਤਾ ਨਹੀਂ ਹੈਗਾ ਜੀ, ਤੁਸੀਂ ਉਹਨਾਂ ਨੂੰ ਪੁੱਛੋ, ਮੈਂ ਆ ਰਿਹਾ ਇੱਕ ਛੋਟਾ ਬ੍ਰੇਕ ਲੈ ਕੇ ਰੱਖਣ ਦੋ ਨਾ, ਮੈਂ ਆ ਰਿਹਾ ਇੱਕ ਛੋਟਾ ਬ੍ਰੇਕ ਲੈ ਲਵਾਂ, ਮੇਰਾ ਪੱਕ ਕਿਉਂ ਨਹੀਂ, ਮੈਂ ਆ ਰਿਹਾ ਇੱਕ ਛੋਟਾ ਬ੍ਰੇਕ ਲੈ ਲਵਾਂ, ਮੇਰਾ ਪੱਕ ਨਹੀਂ, ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਆ ਰਿਹਾ ਆ ਰਿਹਾ, ਬਹੁਤ ਸਾਰੇ ਸਵਾਲ ਹੈ, ਸੁਪਰੀਮ ਕੋਰਟ ਕਿਉਂ ਚੱਲਿਆ ਇੰਡੀਆ, ਸਵਾਲ ਹੈ ਵਾਪਸ ਆ। ਮੁੜ ਤੋਂ ਤੁਹਾਡਾ ਸਵਾਗਤ, ਵੱਡਾ ਸਵਾਲ ਅਸੀਂ ਪੁੱਛ ਰਹੇ, ਇੰਡੀਆ ਗੱਠਜੋੜ ਕੋਲ ਬਹੁਮਤ ਦੇ ਬਾਵਜੂਦ ਭਾਜਪਾ ਕੋਲ ਕਮਾਨ ਜਾਣ ਦਾ ਸੇਖ ਦਿੱਲੀ ਤੱਕ ਕਿਉਂ? ਮਿਸਟਰ ਖੜਿਆਲ ਇੱਕ ਮਿੰਟ ਆ ਰਿਹਾ, ਹਾਂ ਮਿਸਟਰ ਢਿੱਲੋਂ ਆਪਣੀ ਗੱਲ ਪੂਰੀ ਕਰੋ। ਠੀਕ ਹੈ, ਗੱਲ ਮੈਂ ਇਹੀ ਕਰ ਰਿਹਾ ਸੀਗਾ ਕਿ ਇੱਕ ਤਾਂ ਮਿਸਯੂਜ਼ ਹਰ ਚੀਜ਼ ਦਾ, ਇਹਨਾਂ ਦਾ ਏਜੀ ਆਫਿਸ ਅੱਜ ਪੂਰੇ ਦਾ ਪੂਰਾ ਲੱਗਿਆ ਹੋਇਆ ਉੱਥੇ, ਪੰਜਾਬ ਦਾ ਏਜੀ ਆਫਿਸ ਪੈਰਵਾਈ ਕਰਨ ਵਾਸਤੇ, ਸਰਕਾਰੀ ਦਫ਼ਤਰ, ਏਜੀ ਦੀ ਪੂਰੀ ਟੀਮ ਲੱਗੀ ਹੋਈ ਹੈ। ਹੁਣ ਇਹ ਕਹਿੰਦੇ ਜੀ ਸਾਨੂੰ ਇੱਥੋਂ ਸੈਟਿਸਫੈਕਸ਼ਨ ਨਹੀਂ ਗਈ, ਕੋਰਟ ਨੇ ਇਹਨਾਂ ਨੂੰ ਝਾੜ ਮਾਰੀ ਵੀ ਤੁਸੀਂ ਤੀਜੇ ਦਿਨ ਸਾਡੇ ਕੋਲ ਆ ਜਾਂਦੇ ਹੋ, ਇਹਦਾ ਇਹਦੇ 'ਚ ਹਾਈ ਕੋਰਟ ਕੀ ਕਰੇ? ਠੀਕ ਹੈ, ਜੇ ਤੁਸੀਂ ਕਹਿੰਦੇ ਹੋ ਤਾਂ ਉਹਨਾਂ ਨੇ ਕਿਹਾ ਵੀ ਤਿੰਨ ਹਫ਼ਤੇ ਦਾ ਟਾਈਮ ਦਿੰਦੇ ਆ, ਜਵਾਬ ਮੰਗ ਲਿਆ, ਜਵਾਬ ਦੇ ਦੇਣਗੇ ਜੋ ਵੀ ਹੋਏਗਾ ਹੋਏਗਾ। ਦੂਜੀ ਗੱਲ, ਇਹਨਾਂ ਨੇ ਨਾਲ ਹੀ ਬਾਹਰ ਨਿਕਲ ਕੇ ਕਹਿਤਾ ਜੀ ਅਸੀਂ ਸੁਪਰੀਮ ਕੋਰਟ ਜਾਵਾਂਗੇ, ਸੁਪਰੀਮ ਕੋਰਟ ਵੀ ਆਹੀ ਏਜੀ ਦੀ ਟੀਮ ਲੱਗਣੀ ਹੈ, ਖਰਚਾ ਤਾਂ ਇਹਨਾਂ ਨੇ ਕਰਨਾ ਪੰਜਾਬ ਸਰਕਾਰ ਨੇ। ਓਕੇ, ਔਰ ਦੂਜੀ ਗੱਲ, ਵੱਡੀ ਗੱਲ, ਵੱਡੀ ਗੱਲ, ਜੇ ਸੁਪਰੀਮ ਕੋਰਟ ਤੋਂ ਵੀ ਇਹਨਾਂ ਨੂੰ ਨਾਲ ਮਿਲੀ ਫਿਰ ਯੂਐਨਓ 'ਚ ਜਾਣਗੇ। ਚਲੋ, ਮੈਂ ਤੁਹਾਡਾ ਪੁਆਇੰਟ, ਮੈਂ ਤੁਹਾਡਾ ਪੁਆਇੰਟ ਲੈ ਲੈਣਾ, ਤੁਹਾਡਾ ਪੁਆਇੰਟ ਨੋਟ ਹੋ ਗਿਆ, ਬਹੁਤ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ, ਇੱਕ ਮਿੰਟ ਰੁਕ ਜਾਓ, ਹੁਣ ਨਹੀਂ ਪਲੀਜ਼ ਰੁਕ ਜਾਓ, ਤੁਹਾਡੇ ਸਾਥੀ ਬੋਲਣਾ ਚਾਹੁੰਦੇ ਪੁੱਲਰ ਸਾਹਿਬ, ਤੁਹਾਡੇ ਵੋਟ ਪਾਈ ਇਹਨਾਂ ਨੇ ਤੁਹਾਨੂੰ, ਇੱਕ ਮਿੰਟ ਰੁਕ ਜਾਓ, ਹਾਂ ਮਿਸਟਰ ਪੁੱਲਰ ਬੋਲੋ। ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਮੈਨੂੰ ਬੜੀ ਹੈਰਾਨਗੀ ਹੋ ਰਹੀ ਸੀ, ਦੋ ਪਾਰਟੀਆਂ ਲੋਕਤੰਤਰ ਦੇ ਕਾਨ ਦੀ ਗੱਲ ਕਰਦੀਆਂ ਨੇ, ਜਿਨ੍ਹਾਂ ਨੇ ਲੋਕਤੰਤਰ ਦਾ ਨਾਂ ਕੀ ਹੁੰਦਾ ਉਹਦਾ, ਮਤਲਬ ਬਦਨਾਮ ਕੀ ਬੱਤਰ ਕਰਤਾ ਉਹਨੂੰ। ਮੈਂ ਬੱਬੀ ਸਾਹਿਬ ਨੂੰ ਪੁੱਛੂੰਗਾ, ਸਰਪੰਚਾਂ ਨੇ ਕੀ ਕਸੂਰ ਕੀਤਾ ਸੀ ਜਿਹੜੀ 6 ਮਹੀਨੇ ਪਹਿਲਾਂ ਤੁਸੀਂ ਭੰਗ ਕਰਤੀ ਸੀਗੀਆਂ ਪੰਚਾਇਤਾਂ? ਦੱਸੋ ਤੁਸੀਂ ਮੋਗੇ ਵਾਲੀ ਜਿਹੜੀ ਮਿਊਂਸਪਲ ਕਾਰਪੋਰੇਸ਼ਨ ਹੈ, ਕੀ ਕਸੂਰ ਸੀ ਐਮਸੀਆਂ ਜਿਹੜੇ ਖਰੀਦ ਕੇ ਧਮਕਾ ਕੇ ਤੁਸੀਂ ਜਿਹੜੀ ਉੱਥੇ ਭੰਗ ਕਰਤੀ, ਬਠਿੰਡੇ ਭੰਗ ਕਰਤੀ, ਅਤੇ ਪਟਿਆਲੇ ਭੰਗ ਕਰਤੀ, ਮੋਹਾਲੀ ਵਾਲੇ ਮੇਅਰ ਨੂੰ ਤੁਸੀਂ ਭੰਗ ਕਰਤਾ ਸੀਗਾ, ਅਗਲਾ ਹਾਈਕੋਰਟ ਦੇ ਥਰੂ ਆ ਗਿਆ, ਮਤਲਬ ਤੁਸੀਂ ਕਹਿੰਦੇ, ਮਤਲਬ ਹੁਸ਼ਿਆਰਪੁਰ ਕਿੰਨੇ ਲੰਬੀ ਚੌੜੀ ਫੇਅਰ ਲਿਸਟ ਹੈ, ਮੈਨੂੰ ਗੱਲ ਪੂਰੀ ਹੁੰਦੀ ਮੇਰੀ ਹੁਣ ਦੇ ਇਹਨਾਂ ਵਿੱਚ ਟੋਕੇ, ਹੁਣ ਇੰਨੀ ਲੰਬੀ ਚੌੜੀ ਫੇਅਰ ਲਿਸਟ ਹੈ ਕਿ ਤੁਸੀਂ ਕਹਿੰਦੇ ਲੋਕਤੰਤਰ ਦਾ ਘਾਣ, ਉਹ ਕੀ ਹੈ? ਦੂਜੇ ਪਾਸੇ ਇੰਨੀਆਂ ਐਫ ਆਈ ਆਰ, ਇੱਥੇ ਐਫ ਆਈ ਆਰ, ਉੱਥੇ ਐਫ ਆਈ ਆਰ, ਫਲਾਣੇ 'ਤੇ ਐਫ ਆਈ ਆਰ, ਇੱਕ ਬਾਹਰ ਨਿਕਲਦਾ ਫਿਰ ਦੂਜੀ ਐਫ ਆਈ ਆਰ, ਉਹ ਲੋਕਤੰਤਰ ਦਾ ਘਾਣ ਨਹੀਂ? ਫਿਰ ਆਹ ਲੋਕਤੰਤਰ ਦਾ ਘਾਣ ਨਹੀਂ, ਬਾਬਾ ਅੰਬੇਦਕਰ ਦੀ ਪਿੱਛੇ ਫੋਟੋ ਟੰਗ ਲੈਂਦੇ ਹੋ ਤੁਸੀਂ, ਅਤੇ ਜਾ ਕੇ ਜਦੋਂ ਹਾਈਕੋਰਟ ਕੋਈ ਫੈਸਲਾ ਦਿੰਦੀ ਹੈ ਤਾਂ ਉਹਨੂੰ ਡਿਨਾਈ ਕਰ ਦਿੰਦੇ ਹੋ ਤੁਸੀਂ। ਦੂਸਰੀ ਗੱਲ, ਕਾਂਗਰਸ ਦੀ, ਇਹ ਵੀ ਲੋਕਤੰਤਰ ਦੇ ਘਾਣ ਦੀ ਗੱਲ ਕਰਦੇ ਆ, ਸਭ ਤੋਂ ਵੱਧ ਵਾਰ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਇਹਨਾਂ ਨੇ ਤੋੜੀਆਂ। 10 ਸਾਲ ਤੱਕ ਪੰਜਾਬ ਦੇ ਵਿੱਚ ਜਿਹੜਾ ਲੋਕਤੰਤਰ ਦਾ ਘਾਣ ਹੋਇਆ ਸਾਰੀ ਜਨਤਾ ਨੂੰ ਪਤਾ ਹੈ, ਜਿਸ ਤਰੀਕੇ ਨਾਲ ਦਿੱਲੀ ਦੀਆਂ ਸੜਕਾਂ ਦੇ ਘਾਣ ਹੋਇਆ ਉਹ ਵੀ ਪਤਾ ਹੈ। ਚਲ, ਮਤਲਬ ਹੈਰਾਨਗੀ ਹੁੰਦੀ ਨਾ ਦੋਨਾਂ ਪਾਰਟੀਆਂ ਦੀ ਜਿਨ੍ਹਾਂ ਨੇ ਸਭ ਤੋਂ ਵੱਧ ਤਰਜੀਹਾਂ ਉਡਾਈਆਂ ਨੇ, ਉਹ ਲੋਕਤੰਤਰ ਦੇ ਘਾਣ ਦੀ ਗੱਲ ਕਰਦੇ ਆ। ਦੂਜੀ ਗੱਲ, ਇੱਕ ਮਿੰਟ ਗੱਲ ਪੂਰੀ ਹੁੰਦੀ ਰਹੀ, ਹੁਣ ਮੈਂ ਬੜੇ ਜ਼ਿੰਮੇਵਾਰ ਤਰੀਕੇ ਨਾਲ ਗੱਲ ਕਹਿੰਦਾ ਕਿ ਜਦੋਂ ਪਵਨ ਬਾਂਸਲ ਨੇ ਸਮਝ ਲੱਗੀ ਕਿ ਮੇਰਾ ਨੰਬਰ ਨਹੀਂ ਲੱਗਣਾ, ਇਹ 92 ਸੀਟਾਂ ਦਾ ਉੱਥੇ ਕਲੇਮ ਕਰਦੇ ਆ, ਇੱਥੇ ਕਲੇਮ ਕਰਦੇ ਹਰਿਆਣਾ ਦੇ ਵਿੱਚ, ਇੱਥੇ ਇਹਨਾਂ ਦੇ ਆਲਰੇਡੀ ਜਿਹੜੇ 13 ਐਮ ਸੀ ਹੈਗੇ ਆ ਔਰ ਮੇਅਰ ਵੀ ਇਹਨਾਂ ਦਾ ਬਣ ਗਿਆ, ਅਤੇ ਕੱਲ੍ਹ ਨੂੰ ਇਸ ਸੀਟ 'ਤੇ ਇੱਥੇ ਦਾਅਵੇਦਾਰ ਹੋਣਗੇ, ਇਸ ਕਰਕੇ ਇਹਨਾਂ ਦੀ ਪਵਨ ਬਾਂਸਲ ਦੇ ਵੋਟਾਂ ਪਾ ਦਿੱਤੀਆਂ ਪਵਨ ਬਾਂਸਲ ਨੇ ਗੇਮ। ਚਲੋ, ਮੈਂ ਹੁਣ ਰੋਜੋ, ਮੈਂ ਹੁਣ ਰੋਜੋ, ਮਿਸਟਰ ਖੜਿਆਲ, ਅੱਛਾ ਦੂਜੀ ਗੱਲ ਇਹ ਨਾਲ ਵਿਕਟਮ ਕਾਰਡ ਵੀ ਖੇਡਣਾ ਸੀ, ਇਸ ਕਰਕੇ ਸਾਡੇ ਦਿਲ ਜਾਮ ਲਾਇਆ, ਮੈਂ ਆ ਰਿਹਾ ਜੀ, ਤੁਸੀਂ ਵਿਕਟਮ ਕਾਰਡ ਖੇਡਾਂਗੇ ਬਾਅਦ 'ਚ ਜਾ ਕੇ ਵੇਖੋ ਸਾਡੇ ਨਾਲ ਰੋਜੋ, ਨਾ ਇਦਾਂ ਨਾ ਕਰਿਆ ਕਰੋ ਖੜਿਆਲ ਸਾਹਿਬ। ਖੜਿਆਲ ਸਾਹਿਬ, ਪਵਨ ਬਾਂਸਲ ਦਾ ਨਾਮ ਇਹ ਵਾਰ ਵਾਰ ਲੈ ਰਹੇ ਆ, ਸਾਬਕਾ ਕੇਂਦਰੀ ਮੰਤਰੀ ਨੇ, ਚੰਡੀਗੜ੍ਹ ਤੋਂ ਐਮ ਪੀ ਰਹੇ ਨੇ, ਬਹੁਤ ਸੀਨੀਅਰ ਲੀਡਰ ਨੇ ਤੁਹਾਡੇ ਸੰਗਠਨ ਦੇ, ਬਹੁਤ ਮਜ਼ਬੂਤ ਆਗੂ ਨੇ ਖੜਿਆਲ ਸਾਹਿਬ। ਖੜਿਆਲ ਸਾਹਿਬ, ਪਵਨ ਬਾਂਸਲ ਨੂੰ ਤੁਸੀਂ ਕਿਵੇਂ ਡਿਫੈਂਡ ਕਰੋ? ਧੰਨਵਾਦ ਜੀ। ਹੁਣ ਕੇ ਪੀ ਜੀ ਮੈਨੂੰ ਕਾਇੰਡਲੀ ਨਾ 1.5 ਮਿੰਟ ਅਨਇੰਟਰਪਟਿਡ ਬੋਲੋ ਬੋਲੋ ਬੋਲੋ, ਮੈਂ ਕਿਸੇ ਦੇ ਟਾਈਮ 'ਚ ਬੋਲਿਆ ਨਹੀਂ। ਨੰਬਰ 1, ਪਹਿਲਾਂ ਤਾਂ ਮੈਂ ਸਪਸ਼ਟ ਕਰਦਾ, ਅੱਜ ਏ ਜੀ ਸਾਹਿਬ ਨੇ ਨਾ ਹਾਈਕੋਰਟ ਦੇ ਵਿੱਚ ਵੀਡੀਓ ਬਕਾਇਦਾ ਸਬਮਿਟ ਕੀਤੀ ਹੈ। ਵੀਡੀਓ ਦੇ ਵਿੱਚ ਉਹਨਾਂ ਨੇ ਕੀ ਗੱਲ ਦੱਸੀ ਹੈ ਕਿ ਜਿਹੜਾ ਪ੍ਰੈਜ਼ਾਈਡਿੰਗ ਆਫਿਸਰ ਸੀਗਾ ਆਈ ਜੀ ਸਾਹਿਬ ਨੇ ਕਿਹਾ ਉਹ ਸ਼ਰੇਆਮ ਖੁੱਲੇਆਮ ਔਨ ਕੈਮਰਾ ਦਿਖਾਈ ਦੇ ਰਿਹਾ ਸੀ, ਟੈਂਪਰ ਕਰਦਾ ਹੋਇਆ
सारी गिनती सारी काउंटिंग मैं आप ही कर लूंगा। उत्थे तीन बैस्किट सीगियां, एक इंडिया ब्लॉक की, एक भारतीय जनता पार्टी की, तीजी सीगी इनवैलिड वोट्स की। वह किवें वोट्स शफल कीतियां गईयां इहदा जिक्र भी ऑनरेबल हाई कोर्ट दे विच कीता गया। तीजी गल मैं इन्हां नूं इको चीज कहूंगा कि देखो जदों ना मेयर पोल्स दे विच भारतीय जनता पार्टी यह जा कुछ कर सकती है, यह जिहा लोकतंत्र की हत्या कर सकती है ने छोटे इलेक्शन दे विच, ਤਾਂ ਬਾਕੀ ਇਲੈਕਸ਼ਨ ਦੇ ਵਿੱਚ ਕੀ ਕਰ ਸਕਦੇ ਪਵਨ ਬਾਂਸਲ ਦਾ ਜਵਾਬ ਦੇਣਾ ਚਾਹੁੰਦੇ ਹੋ ਖੜਿਆ ਮੈਂ ਜਵਾਬ ਸਾਰਾ ਕੁਝ ਇਹਦੇ ਥਰੂ ਦੇ ਰਿਹਾ ਤੇ ਸਾਡਾ ਜਵਾਬ ਇਹਨਾਂ ਨੂੰ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਜਾਊਗਾ ਤੇ ਕਹਿ ਰਹੇ ਵੀ ਤੁਸੀਂ ਕੋਰਟ ਕਿਉਂ ਜਾ ਰਹੇ ਹੋ ਕਿਉਂਕਿ ਸਾਨੂੰ ਪਤਾ ਹੈ ਮੈਂ ਇੱਕ ਮਿੰਟ ਜੀ ਇੱਕ ਮਿੰਟ ਮੇਰਾ ਜਵਾਬ ਹੁਣ ਪੂਰਾ ਸੁਣ ਲਓ ਮੈਂ ਇੰਨੀ ਗੱਲ ਕਹਿ ਰਿਹਾ ਕਿ ਈਡੀ ਤੋਂ ਲੈ ਕੇ ਸੀਬੀਆਈ ਆਈਟੀ ਏਜੰਸੀਜ਼ ਦਾ ਦੁਰਉਪਯੋਗ ਆਪਰੇਸ਼ਨ ਲੋਟਸ ਕੱਲ ਜੋ ਹੋਇਆ ਉਹ ਚੰਡੀਗੜ੍ਹ ਐਮਪੀ ਕੌਣ ਰਹੂਗਾ ਉਹਦਾ ਜਵਾਬ ਦੇ ਦੱਸਦਾ ਮੇਰਾ ਜਵਾਬ ਅਸੀਂ ਚੰਡੀਗੜ੍ਹੋਂ ਲੜਾਂਗੇ ਐਮਪੀ ਕਾਂਗਰਸ ਪਾਰਟੀ ਲੜੂ ਹੁਣ ਮੇਰੀ ਗੱਲ ਦੋ ਸਵਾਲ ਹੈ ਪੁਆਇੰਟਡ ਸਵਾਲ ਹੈ ਮੈਂ ਆਪਦਾ ਟਾਈਮ ਇਹਨਾਂ ਨੂੰ ਦੇ ਦੂੰਗਾ ਪਹਿਲਾ ਸਵਾਲ ਅਨਿਲ ਮਸੀਹ ਪ੍ਰੈਜ਼ਾਈਡਿੰਗ ਆਫੀਸਰ ਬੀਜੇਪੀ ਦੇ ਬ੍ਰਦਰ ਮੇਰੇ ਟਾਈਮ 'ਚ ਨਾ ਬੋਲੋ ਮੈਂ ਤੁਹਾਡੇ ਟਾਈਮ 'ਚ ਬੋਲਿਆ ਨਹੀਂ ਸੁਣ ਲਓ ਅਨਿਲ ਮਸੀਹ ਪ੍ਰੈਜ਼ਾਈਡਿੰਗ ਆਫੀਸਰ ਤੁਹਾਡਾ ਪ੍ਰਧਾਨ ਰਿਹਾ ਮਾਈਨੋਰਟੀ ਮੋਰਚੇ ਦਾ ਹਾਂ ਜਾਂ ਨਾ ਦੂਜੀ ਗੱਲ ਕਿ ਭਾਰਤੀ ਜਨਤਾ ਪਾਰਟੀ ਔਨ ਰਿਕਾਰਡ ਡਿਨਾਈ ਕਰਦੀ ਹੈ ਕਿ ਜਿਹੜਾ ਹੈਗਾ ਚੰਡੀਗੜ੍ਹ 'ਚ ਹੁਣ ਐਮਪੀ ਇਲੈਕਸ਼ਨ ਹੋਊਗਾ ਕਿ ਬੀਜੇਪੀ ਲੜੂਗੀ ਜਾਂ ਸ਼੍ਰੋਮਣੀ ਅਕਾਲੀ ਦਲ ਲੜੂਗੀ ਇਹ ਵੀ ਗੱਲ ਸਪਸ਼ਟ ਇੱਕ ਮਿੰਟ ਰੋਜੋ ਸਾਡਾ ਤਾਂ ਕਲੀਅਰ ਹੈ ਮੈਨੂੰ ਪਤਾ ਸਰ ਕਿਹੜਾ ਸਵਾਲ ਕਿੰਨ ਤੋਂ ਲੈਣਾ ਮੈਨੂੰ ਪਤਾ ਸਰ ਮੇਅਰ ਦੀ ਇਲੈਕਸ਼ਨ ਆ ਸਰ ਆਪਾਂ ਐਮਪੀ ਦੇ ਸੀਟ ਦਾ ਪੁੱਛੀ ਜਾਂਦੇ ਹਾਂ ਪ੍ਰਸਮਨਜੀਤ ਸਿੰਘ ਇਹ ਜਿਹੜਾ ਦਿੱਲੀ ਲੈ ਕੇ ਚੱਲੇ ਸਾਰਾ ਕੁਝ ਸਰ ਮੈਂ ਮੇਰਾ ਇੱਕ ਸਵਾਲ ਹੈ ਆਮ ਆਦਮੀ ਪਾਰਟੀ ਨੇ ਪ੍ਰੋਟੈਸਟ ਕਰਨਾ ਉੱਥੇ 2 ਤਰੀਕ ਨੂੰ ਕੀ ਕਾਂਗਰਸ ਵੀ ਨਾਲ ਜਾ ਰਹੀ ਹੈ ਜਾਂ ਇਕੱਲੀ ਆਮ ਆਦਮੀ ਪਾਰਟੀ ਉੱਥੇ ਪ੍ਰੋਟੈਸਟ ਕਰੂਗੀ ਮੇਰੇ ਖਿਆਲ ਜ਼ਿਆਦਾ ਤੇ ਆਮ ਪਾਰਟੀ ਦਾ ਜਮਾਵੜਾ ਹੋਊਗਾ ਉਹਦਾ ਕਾਰਨ ਆ ਕਿ ਉੱਥੇ ਇੱਕ ਪੇਚਾ ਹੋਰ ਵੀ ਤੇ ਪਿਆ ਆ ਨਾ ਕੇਜਰੀਵਾਲ ਦਾ 2 ਤਰੀਕ ਨੂੰ ਈਡੀ ਨੇ ਫਿਰ ਪੰਜਵੀਂ ਵਾਰੀ ਉਹਨਾਂ ਨੂੰ ਸੱਦਾ ਦਿੱਤਾ ਤੇ ਉਹ ਦੋਵੇਂ ਕੰਮ ਹੀ ਹੋ ਜਾਣਗੇ ਇੱਥੇ ਦੀ ਮੇਅਰ ਦੀ ਇਲੈਕਸ਼ਨ ਦਾ ਪ੍ਰੋਟੈਸਟ ਵੀ ਹੋ ਜਾਊਗਾ ਤੇ ਕੇਜਰੀਵਾਲ ਦੇ ਹੱਕ 'ਚ ਵੀ ਪ੍ਰੋਟੈਸਟ ਹੋ ਜਾਊਗਾ ਤੇ ਤੁਸੀਂ ਖਬਰਦਾਰ ਹੋ ਜਾਓ ਇਹ ਇਸ ਕਿਸਮ ਦਾ ਮਲਟੀਪਲ ਸੰਕਟ ਜਿਹਾ ਬਣਿਆ ਹੋਇਆ ਇਹਦੇ 'ਚ ਬੜੀ ਹੈਰਾਨੀ ਦੀ ਗੱਲ ਆ ਕਿ ਇੰਨੀ ਛੋਟੀ ਗੱਲ ਦੇ ਉੱਤੇ ਐਡਾ ਵੱਡਾ ਆਪਾਂ ਵਾਲ ਖੜਾ ਕਰ ਲਿਆ ਉਹ ਵਾਕਿਆ ਹੀ ਸਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਕਿ ਜੇ 35-36 ਵੋਟਾਂ ਹੀ ਨਹੀਂ ਸੂਤਰ ਸਾਡੇ ਕੋਲ ਗਿਣੀਆਂ ਅਸੀਂ ਈਵੀਐਮ ਨੂੰ ਬਦਲਣ ਦੀਆਂ ਗੱਲਾਂ ਕਰਦੇ ਹਾਂ ਕਿੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ ਅੱਜ ਵੀ ਲੋਕ ਉੱਥੇ ਪ੍ਰੋਟੈਸਟ ਕਰਨ ਗਏ ਹੋਏ ਦਿੱਲੀ ਵਿੱਚ ਈਵੀਐਮ ਹਟਾਓ ਵੀ ਈਵੀਐਮ ਹਟਾਓ ਉਹ ਮੈਂ ਕਿਹਾ ਈਵੀਐਮ ਹਟਾ ਕੇ ਆ ਬੈਲਟ ਪੇਪਰ ਪਾਏ ਉਹਨਾਂ ਦਾ ਹਾਲ ਤੇ ਦੇਖ ਲਓ ਤੇ ਜੇ 90 ਕਰੋੜ ਤੁਸੀਂ ਇਹੋ ਜਿਹੇ ਬੈਲਟ ਪੇਪਰ ਇਸੇ ਤਰੀਕੇ ਨਾਲ ਲੁੱਟ ਪੁੱਟ ਹੀ ਹੋਣੀ ਆ ਸਾਰੀ ਜੋ ਕੁਝ ਹੋਇਆ ਤਾਂ ਫਿਰ ਇਸ ਦੇਸ਼ ਦੇ ਵਿੱਚ ਡੈਮੋਕਰੇਸੀ ਨੂੰ ਜੋ ਖਤਰਾ ਪੈਦਾ ਅੱਜ ਹੋ ਗਿਆ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਇਸ ਛੋਟੀ ਜਿਹੀ ਇਵੈਂਟ ਤੋਂ ਜਿਹਦੇ 'ਚ ਕੋਈ ਵੱਡੀ ਸਟੇਕਸ ਨਹੀਂ ਸੀ ਇਸ ਛੋਟੇ ਇਵੈਂਟ ਨੂੰ 2024 ਦਾ ਮਾਡਲ ਬਣਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ ਸਰ ਨਹੀਂ ਉਹਦੇ ਕਾਰਨ ਹੈ ਇੱਕ ਤੇ ਵੈਸੇ ਹੀ ਮੈਂ ਤੇ ਬਹੁਤਾ ਇਸ ਗੱਲ ਦੇ ਹੱਕ 'ਚ ਨਹੀਂ ਸੀ ਕਿ ਮੈਂ ਤੇ ਇਹੀ ਕਿ ਬਾਰ ਬਾਰ ਕਹਿੰਦਾ ਸੀ ਵੀ ਇਸ ਨੂੰ ਇਸ ਤਰੀਕੇ ਨਾਲ ਨਾ ਲਿਆ ਜਾਏ ਪਰ ਪਾਰਟੀਆਂ ਨੇ ਬਣਾਤਾ ਕਹਿ ਕੇ ਬਣਾਤਾ ਹੁਣ ਬਣਿਆ ਇਹ ਕਿ ਇਸ ਨੂੰ ਪਹਿਲੀ INDIA ਦੀ ਜਿੱਤ ਦੇ ਤੌਰ ਦੇ ਉੱਤੇ ਵਿਰੋਧੀ ਪਾਰਟੀਆਂ ਪੇਸ਼ ਕਰਨੀਆਂ ਚਾਹੁੰਦੀਆਂ ਸੀ ਤੇ ਬੀਜੇਪੀ ਨੇ ਇਹ ਦੱਸ ਦਿੱਤਾ ਕਿ ਇੰਨਾ ਸੌਖਾ ਨਹੀਂ ਇਸ ਲਈ ਹੁਣ ਜਿਹੜੇ ਬਾਕੀ ਉਹਦੇ ਰਿਜ਼ਲਟ ਕੱਢਣੇ ਆ ਜਿਹੜੇ ਉਹਦੇ ਚੋਂ ਕੀ ਹੋਣ ਵਾਲਾ 2024 'ਚ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਉਹ ਫੈਸਲਾ ਕਰ ਲੈ ਬੀਜੇਪੀ ਕਿ ਅਸੀਂ ਅੱਜ ਇਸ ਤਰੀਕੇ ਨਾਲ ਖੱਟਰ ਸਾਹਿਬ ਕਹਿ ਹੀ ਰਹੇ ਸੀਗੇ ਕਿ ਜੀ ਕਿਸੇ ਦੀ ਜਿੱਤ ਹੁੰਦੀ ਰਹਿੰਦੀ ਕਿਸੇ ਦੀ ਹਾਰ ਹੁੰਦੀ ਨਹੀਂ ਪਰ ਕੋਈ ਕਾਨੂੰਨ ਦੇ ਤਹਿਤ ਸਾਰਾ ਕੁਝ ਹੋਵੇ ਨਾ ਸ਼ਾਂਤਮਈ ਹੋਵੇ ਲੋਕਾਂ ਨੂੰ ਫ੍ਰੀ ਵੋਟ ਪਾਉਣ ਦਾ ਅਧਿਕਾਰ ਹੋਵੇ ਸਹੀ ਢੰਗ ਨਾਲ ਕਾਊਂਟਿੰਗ ਹੋਵੇ ਤੇ ਜਿਹੜਾ ਮਰਜ਼ੀ ਜਿੱਤੇ ਹਾਰੇ ਕੋਈ ਗੱਲ ਨਹੀਂ ਇਹੋ ਬਿਊਟੀ ਹੈ ਪਰ ਜੇ ਆ ਕੁਝ ਹੋਣਾ ਜੋ ਹੋਇਆ ਤੇ ਉਹਨੂੰ ਵੀ ਕਹੀ ਜਾਓ ਜੀ ਜਿੱਤ ਹਾਰਿਆ ਇਹ ਤੇ ਮਤਲਬ ਬਹੁਤ ਗੱਲਾਂ ਤੇ ਪਰਦਾ ਪਾਉਣ ਵਾਲੀ ਦੇਖੋ ਕੇਪੀ ਜੀ ਜੋ ਮੈਂ ਕਹਿੰਦਾ ਜਿੱਤ ਹਾਰ ਜਿਹਦੀ ਵੀ ਹੋਈ ਉੱਥੇ ਚੰਗਾ ਹੋਇਆ ਮਾੜਾ ਹੋਇਆ ਜੋ ਵੀ ਹੋਇਆ ਲੇਕਿਨ ਜਿਹੜਾ ਉਸ ਤੋਂ ਬਾਅਦ 'ਚ ਬੈਲਟ ਪੇਪਰ ਲੈ ਕੇ ਉਹ ਪਾੜਨ ਦੀ ਕੋਸ਼ਿਸ਼ ਕੀਤੀ ਗਈ ਖੋਹਣ ਦੀ ਕੋਸ਼ਿਸ਼ ਕੀਤੀ ਗਈ ਉਹ ਕਿੱਥੋਂ ਤੱਕ ਲੋਕਤੰਤਰ ਤਰੀਕੇ ਦਾ ਸੀਗਾ ਕੱਲ ਨੂੰ ਹਾਈ ਕੋਰਟ ਮੈਂ ਕਹਿੰਦਾ ਉਹ ਜਦੋਂ ਡਾਕੂਮੈਂਟ ਮੰਗਾਊਗੀ ਉਹ ਪਾਟੇ ਹੋਏ ਡਾਕੂਮੈਂਟ ਲੈ ਕੇ ਜਾਊਗਾ ਦੱਸੋ ਜਿਹੜਾ ਪ੍ਰੈਜ਼ੀਡਿੰਗ ਅਫਸਰ ਸੀਗਾ ਜਿਹੜਾ ਕਾਂਗਰਸ ਸਵਾਲ ਕਰਦੀ ਪਈ ਹੈ ਉਹ ਬੀਜੇਪੀ ਦਾ ਮਨੋਰਟੀ ਵਿੰਗ ਦੇ ਰਹੇ ਆਫਿਸ ਬੀਰਰ ਭਾਈ ਸਾਹਿਬ ਇਸ ਤਰ੍ਹਾਂ ਹੈ ਕਿ ਨੋਮੀਨੇਟਡ ਐਮਸੀ ਹੈ ਨੋਮੀਨੇਟਡ ਐਮਸੀ ਕੋਈ ਵੀ ਹੋ ਸਕਦਾ ਔਰ ਜਦੋਂ ਨੋਮੀਨੇਟਡ ਹੋ ਗਿਆ ਉਸ ਟਾਈਮ ਅਹੁਦੇਦਾਰ ਸੀਗਾ ਕਿ ਨਹੀਂ ਸੀਗਾ ਸਵਾਲ ਇਹ ਹੈ ਜਦੋਂ ਕਾਂਗਰਸ ਨੋਮੀਨੇਟ ਕਰਦੀ ਸੀ ਕਿ ਉਹ ਜਿਹੜੇ ਸੀ ਅਹੁਦੇਦਾਰ ਨਹੀਂ ਹੁੰਦੇ ਸੀਗੇ ਚਲੋ ਮੈਂ ਆ ਰਿਹਾ ਟੈਲੋ ਤਿਵਾੜੀ ਸਾਹਿਬ ਦੀ ਮਦਰ ਰਹੀ ਹੈ ਨੋਮੀਨੇਟ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਮਨੀਸ਼ ਤਿਵਾੜੀ ਦੀ ਮਦਰ ਰਹੀ ਹੈ ਵਾਪਸ ਆਵਾਂਗੇ ਕੋਈ ਹੋਰ ਸਵਾਲ ਵੀ ਹੋਣਗੇ
ਮੁੜ ਤੁਹਾਡਾ ਸਵਾਗਤ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਇੰਡੀਆ ਗੱਠਜੋੜ ਕੋਲ ਬਹੁਮਤ ਦੇ ਬਾਵਜੂਦ ਭਾਜਪਾ ਕੋਲ ਕਮਾਨ ਜਾਣ ਦਾ ਸੇਖ ਦਿੱਲੀ ਤੱਕ ਕਿਉਂ? ਮਿਸਟਰ ਢਿੱਲੋਂ, ਤੁਸੀਂ ਖੁਦ ਇਲੈਕਸ਼ਨ ਲੜੀਆਂ, ਤੁਸੀਂ ਸੀਨੀਅਰ ਡਿਪਟੀ ਮੇਅਰ ਵੀ ਰਹੇ ਹੋ, ਕਾਊਂਟਿੰਗ ਏਜੰਟ ਹੁੰਦਾ ਉੱਥੇ ਜਿਹਨੂੰ ਦਿਖਾਉਣਾ ਚਾਹੀਦਾ ਜਾਂ ਨਹੀਂ ਦਿਖਾਉਣਾ ਚਾਹੀਦਾ ਪ੍ਰੈਜ਼ੀਡਿੰਗ ਅਫਸਰ? ਬਿਲਕੁਲ ਹੁੰਦਾ ਕਾਊਂਟਿੰਗ ਏਜੰਟ, ਦਿਖਾਇਆ ਗਿਆ ਸੀਗਾ ਇਨਵੈਲਿਡ ਵੋਟ ਇਹ ਹੈ। ਦੇਖੋ ਇਹ ਓਬਜੈਕਸ਼ਨ ਉਸੇ ਵੇਲੇ ਕਾਊਂਟਿੰਗ ਏਜੰਟ ਨੂੰ ਕਰਨਾ ਚਾਹੀਦਾ ਜੇ ਉਹਨੇ ਨਹੀਂ ਉਹਨੂੰ ਸੈਟੀਸਫੈਕਸ਼ਨ ਕਿਸੇ ਗੱਲ ਤੋਂ, ਉਦੋਂ ਤੇ ਕਾਊਂਟਿੰਗ ਏਜੰਟ ਕੋਈ ਬੋਲਿਆ ਨਹੀਂ ਕੁਝ। ਢਿੱਲੋ ਸਾਹਿਬ, ਬਾਅਦ ਵਿੱਚ ਜਾਣ ਕੇ ਰੌਲਾ ਪਾਉਣ ਦਾ ਕੀ ਮਤਲਬ? ਉਹਨਾਂ ਦੇ ਸਾਹਮਣੇ ਹੀ ਕਿਹਾ ਜਾ ਰਿਹਾ ਸੀ। ਸੁਣੋ ਢਿੱਲੋ ਸਾਹਿਬ, ਸਵਾਲ ਸੁਣੋ ਢਿੱਲੋ ਸਾਹਿਬ, ਕਾਊਂਟਿੰਗ ਏਜੰਟ ਨੇ ਉੱਥੇ ਪ੍ਰੋਟੈਸਟ ਨਹੀਂ ਕੀਤਾ ਤੁਸੀਂ ਕਹਿ ਰਹੇ ਹੋ ਜੀ, ਠੀਕ ਹੈ ਢਿੱਲੋ ਸਾਹਿਬ, ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਪ੍ਰੈਜ਼ਾਈਡਿੰਗ ਅਫਸਰ ਨੇ ਤਾਂ ਦਿਖਾਉਣ ਦੀ ਆਪਦੀ ਕਾਰਵਾਈ ਕੀਤੀ ਸੀਗੀ ਪਰ ਕਾਊਂਟਿੰਗ ਏਜੰਟ ਨੇ ਹੀ ਨਹੀਂ ਦੇਖਿਆ, ਇਹ ਕਹਿਣਾ ਚਾਹ ਰਹੇ ਹੋ? ਮੈਂ ਮੇਰੇ ਮੂੰਹ ਚ ਤੁਸੀਂ ਆਪਦੇ ਲਫ਼ਜ਼ ਕਿਉਂ ਬੋਲ ਰਹੇ ਹੋ? ਮੈਂ ਤਾਂ ਪੁੱਛ ਰਿਹਾ ਪ੍ਰਕਿਰਿਆ ਕੀ ਹੁੰਦੀ, ਮੈਂ ਤਾਂ ਕਲੀਅਰ ਗੱਲ ਕੀਤੀ ਹੈ ਕਿ ਕਾਊਂਟਿੰਗ ਏਜੰਟ ਉੱਥੇ ਹੀ ਮੌਜੂਦ ਸੀਗੇ ਔਰ ਇਸ ਵਾਰੀ ਜਿਹੜੀ ਵੱਡੀ ਗੱਲ ਕਰਦੇ ਆ ਕੋਰਟ ਤੋਂ ਇਹਨਾਂ ਨੇ ਆਰਡਰ ਲੈ ਕੇ ਆਉਂਦੇ ਕਿ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਮਾਨਯੋਗ ਹਾਈ ਕੋਰਟ ਨੇ ਕਿ ਇਹਨੂੰ ਇਸ ਇਸ ਤਰੀਕੇ ਨਾਲ ਕਰਾਇਆ ਜਾਵੇ। ਪਹਿਲੀ ਵਾਰ ਹੋਇਆ ਕਿ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਕਾਰਨ ਕੋਈ ਵੀ ਮੀਡੀਆ ਗੈਲਰੀ ਦੇ ਵਿੱਚ ਨਹੀਂ ਗਿਆ। ਹਾਈ ਕੋਰਟ ਦੀ ਡਾਇਰੈਕਸ਼ਨ ਸੀ? ਹਾਈ ਕੋਰਟ ਦੀ ਡਾਇਰੈਕਸ਼ਨ, ਮੀਡੀਆ ਗੈਲਰੀ ਚ ਨਹੀਂ, ਮੀਡੀਆ ਨਹੀਂ ਜਾਊਗਾ ਇਹਨਾਂ ਦੇ, ਪੁੱਛੋ ਇਹਨਾਂ ਨੂੰ ਲੈ ਕੇ। ਅੱਛਾ ਫਿਰ ਦੂਜੀ ਗੱਲ, ਇੱਕ ਮਿੰਟ ਰੋਜੋ, ਹੁਣ ਬਾਹਰਲਾ ਬੰਦਾ ਤਾਂ ਕੋਈ ਜਾਣਾ ਬਹੁਤ ਦੂਰ ਦੀ ਗੱਲ ਹੈ ਜਾਂ ਪਾਰਟੀ ਦਾ ਕੋਈ ਸਪੋਰਟਰ ਜਾਣਾ ਦੂਰ ਦੀ ਗੱਲ ਹੈ, ਮੀਡੀਆ ਨੂੰ ਵੀ ਅਲੱਗ ਤੋਂ ਇੱਕ ਕਮਰੇ ਦਾ ਦਿੱਤਾ ਹੈ। ਚਲੋ ਇੱਕ ਮਿੰਟ ਰੋਜੋ, ਬੱਬੀ ਬਾਦਲ ਪੁੱਛੋ, ਹੁਣ ਤੁਸੀਂ ਸਵਾਲ ਕੀਤਾ ਬੱਬੀ ਬਾਦਲ, ਇਹ ਕਹਿੰਦੇ ਏਜੀ ਨੂੰ ਤੁਸੀਂ ਇਸ ਕੇਸ ਦੀ ਪੈਰਵਾਈ ਦੇ ਕੇ ਪੰਜਾਬ ਦੇ ਖਜ਼ਾਨੇ ਨੂੰ ਮਿਸਯੂਜ਼ ਕਰਦੇ ਹੋ। ਦੇਖੋ ਮੈਂ ਤਾਂ ਇਹ ਕਲੀਅਰ ਕਰਦੇ ਹਾਂ, ਏਪੀ ਜੀ ਜਿਹੜਾ ਏਜੀ ਹੁੰਦਾ ਉਹਦੇ 'ਤੇ ਇੱਕੋ ਹੀ ਬਾਰ ਲਾਈ ਹੁੰਦੀ ਹੈ ਕਿ ਜਿੱਥੇ ਸਟੇਟ ਦਾ ਇੰਟਰਸਟ ਹੈ ਉਹ ਕੇਸ ਉਹ ਨਹੀਂ ਲੈ ਸਕਦਾ, ਬਾਕੀ ਏਜੀ ਨੂੰ ਖੁੱਲ੍ਹ ਹੈ। ਅਸੀਂ ਏਜੀ 'ਤੇ ਇਹ ਕੋਈ ਰੋਕ ਨਹੀਂ ਕਿ ਉਹ ਕੋਈ ਕੇਸ ਹੀ, ਹੋਰ ਕੋਈ ਕੇਸ ਹੀ ਨਹੀਂ ਲੜ ਸਕਦਾ ਸਿਵਾਏ ਸਰਕਾਰੀ ਕੇਸਾਂ ਤੋਂ। ਸਿਰਫ ਇੱਕ ਬਾਰ ਹੈ ਕਿ ਜਿੱਥੇ ਪੰਜਾਬ ਸਟੇਟ ਦਾ ਇੰਟਰਸਟ ਹੈ ਉੱਥੇ ਉਹ ਦੂਸਰੇ ਦਾ ਕੇਸ ਨਹੀਂ ਲੈ ਸਕਦਾ। ਏਜੀ ਇਜ਼ ਆਲਸੋ, ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਚੰਡੀਗੜ੍ਹ ਸਾਡਾ, ਦੇਖੋ ਬੀਜੇਪੀ ਨੇ ਤਾਂ ਹੁਣ ਇਲੈਕਸ਼ਨ ਚੋਰੀ ਕਰ ਲਿਆ, ਇਹਨਾਂ ਨੇ ਤਾਂ ਹੁਣ ਡੰਡਾ ਤੰਤਰ ਚਲਾਉਣਾ, ਗੁੰਡਾਗਰਦੀ ਕਰਨੀ ਹੈ, ਇਹਨਾਂ ਨੇ ਤਾਂ ਹੁਣ ਹਰ ਹੱਥਕੰਡਾ ਅਪਣਾਉਣਾ। ਲੇਕਿਨ ਮੈਂ ਇਹ ਗੱਲ ਦਾ ਕਲੀਅਰ ਕਰਦਿਆਂ ਤੁਹਾਨੂੰ ਕਿ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੋਂ ਲੈ ਕੇ ਜੇ ਇਸ ਤਰ੍ਹਾਂ ਨਾਲ ਹੀ ਇਲੈਕਸ਼ਨ ਲੜੇ ਜਾਣੇ ਹੈ ਉਹਨਾਂ ਦੀ ਨਿਗਰਾਨੀ ਵਿੱਚ ਵੀ, ਤਾਂ ਫਿਰ ਇਲੈਕਸ਼ਨ ਕਰਾਉਣੀ ਕਿਉਂ ਹੈ? ਫਿਰ ਸਿੱਧਾ ਮੋਦੀ ਜੀ ਪ੍ਰਧਾਨ ਮੰਤਰੀ ਫੋਰ ਲਾਈਫ ਬਣ ਜਾਣ, ਇੱਥੇ ਮੇਅਰ ਆਪਦਾ ਸਾਰੀ ਜ਼ਿੰਦਗੀ ਲਈ ਬਣਾ ਲੈਣ, ਅਤੇ ਜਦੋਂ 20 ਵੋਟਾਂ ਵਾਲਾ ਹਾਰ ਜੂਗਾ 16 ਵਾਲਾ ਜਿੱਤ ਜੂਗਾ, ਫਿਰ ਇੱਥੇ ਇਲੈਕਸ਼ਨ ਕਰਾਉਣ ਦੀ ਲੋੜ ਹੀ ਕੀ ਹੈ? ਚਲੋ ਬਾਬੀ ਬਾਲ, ਤੁਸੀਂ ਇਹ ਸਪਸ਼ਟ ਕਰ ਰਹੇ ਹੋ ਕਿ ਕਿਹੜੇ ਹਿਸਾਬ ਨਾਲ ਕਲੇਮ ਕਰਦੇ ਨੇ ਜਦੋਂ ਇਹਨਾਂ ਦੇ ਨਾਲ ਦਾ ਪਾਰਟਨਰ ਹੀ ਉਹਨਾਂ ਦੀ ਹੈ ਨਹੀਂ ਇਹਨਾਂ ਨਾਲ ਕੋਈ ਸਵਾਲ ਕਿਉਂ ਕਰਦੇ ਹੋ ਸਰ? ਜਾਂ ਤੁਹਾਨੂੰ ਇਹ ਲੱਗਦਾ ਕਿ ਹੋਸਟ ਨੂੰ ਸਵਾਲ ਨਹੀਂ ਕਰਨੇ ਹੁੰਦੇ? ਨਹੀਂ, ਹੋਸਟ ਨੂੰ ਸਵਾਲ ਕਰਨੇ ਹੁੰਦੇ ਪਰ ਜਵਾਬ ਨਹੀਂ ਲੈਂਦਾ। ਕੋਈ ਨਹੀਂ, ਮੈਂ ਜਵਾਬ ਲੈ ਲੂੰਗਾ ਸਰ, ਮੈਨੂੰ ਪਤਾ ਕੀ ਜਵਾਬ ਲੈਣੇ ਹੋ ਸਰ, ਮੈਨੂੰ ਪਤਾ। ਭੁੱਲੋ ਸਾਹਿਬ ਇੱਕ ਮਿੰਟ ਆ ਰਿਹਾ, ਮਿਸਟਰ ਖੜਿਆਲ, ਮਿਸਟਰ ਖੜਿਆਲ ਤੁਸੀਂ ਤਾਂ ਕੋਰਟ ਰੂਮ ਵਿੱਚ ਹੀ ਰਹਿੰਦੇ ਹੋ ਅਕਸਰ, ਮੈਂ ਜਦੋਂ ਵੀ ਤੁਹਾਡੇ ਨਾਲ ਗੱਲ ਹੁੰਦੀ ਹੈ। ਇਹ ਜਿਹੜਾ ਬੀਜੇਪੀ ਨੇ ਇਲਜ਼ਾਮ ਲਾਇਆ ਏਜੀ ਵਾਲਾ ਤੇ ਜਿਹੜਾ ਬੱਬੀ ਬਾਦਲ ਨੇ ਸਫਾਈ ਦਿੱਤੀ ਹੈ, ਤੁਸੀਂ ਕਿਹਦੇ ਨਾਲ ਖੜੇ ਹੋ? ਦੇਖੋ ਮੈਂ ਤਾਂ ਫੈਕਟਸ ਦੇ ਨਾਲ ਖੜਾ, ਤੇ ਜਿੱਥੋਂ ਤੱਕ ਗੱਲ ਹੈ ਅਕੋਰਡਿੰਗ ਟੂ ਦ ਰਿਪੋਰਟਸ, ਮੈਂ ਇਹ ਗੱਲ ਕਹੂੰਗਾ ਕਿ ਗੁਰਮਿੰਦਰ ਸਿੰਘ ਜੀ ਪੇਸ਼ ਹੋਏ ਹੈ ਆਪਦੀ ਪ੍ਰਾਈਵੇਟ ਕਪੈਸਿਟੀ ਦੇ ਵਿੱਚ ਹੋਏ ਹੈ ਜਾਂ ਫਿਰ ਉਹ ਏਜੀ ਦੀ ਕਪੈਸਿਟੀ ਦੇ ਵਿੱਚ ਹੋਏ ਹੈ, ਇਹ ਆਮ ਆਦਮੀ ਪਾਰਟੀ ਕਲੈਰੀਫਾਈ ਕਰ ਸਕਦੀ ਹੈ ਕਿਉਂਕਿ ਉਹਨਾਂ ਦਾ ਸਟੈਂਡ ਹੈ। ਦੂਜੀ ਗੱਲ, ਗੱਲ ਇਹ ਸੈਕੰਡਰੀ ਹੈ, ਇਹ ਛੋਟੀ ਹੈ। ਵੱਡੀ ਗੱਲ ਇਹ ਹੈ ਕਿ ਜੇ ਇਹ ਜੇ ਮੇਅਰ ਪੋਲ ਦੇ ਵਿੱਚ ਹੋ ਸਕਦਾ ਹੈ, ਇੱਥੇ ਲੋਕਤੰਤਰ ਦਾ ਘਾਣ ਹੋ ਸਕਦਾ, ਤਾਂ ਦੇਸ਼ ਦੇ ਵਿੱਚ ਕੀ ਹੋਊਗਾ? ਦੂਜੀ ਗੱਲ ਇਹ ਹੈ ਕਿ ਦੇਖੋ ਸਵਾਲ ਪਤਾ ਕੀ ਹੈ, ਅੱਜ ਜੇ ਮੈਂ ਬਿਮਾਰ ਹੁੰਦਾ ਕੇ ਪੀ ਜੀ ਮੇਰੀ ਜਗ੍ਹਾ ਹੋਰ ਬੁਲਾ ਆਉਂਦਾ, ਜੇ ਤੁਸੀਂ ਬਿਮਾਰ ਹੁੰਦੇ ਹੋਰ ਐਂਕਰ ਹੋ ਸਕਦਾ ਸੀਗਾ, ਜੇ ਪ੍ਰੈਜ਼ਾਈਡਿੰਗ ਆਫਿਸਰ 18 ਜਨਵਰੀ ਨੂੰ ਬਿਮਾਰ ਸੀਗਾ ਤੇ ਕਿਸੇ ਹੋਰ ਨੂੰ ਪ੍ਰੈਜ਼ਾਈਡਿੰਗ ਆਫਿਸਰ ਬਣਾ ਕੇ ਕਰਾ ਲੈਂਦੇ, ਸਵੇਰੇ ਨਹੀਂ ਸ਼ਾਮ ਨੂੰ ਕਰਾ ਲੈਂਦੇ। ਡਿਮਾਂਡ ਹੋਈ ਸੀ ਖੜਿਆਲ ਸਾਹਿਬ, ਇਸ ਦੀ ਡਿਮਾਂਡ ਹੋਈ? ਬਿਲਕੁਲ ਹੋਈ, 100% ਹੋਈ, ਹਾਈਕੋਰਟ ਭੱਜ ਗਿਆ ਉਸੇ ਵੇਲੇ। ਮੈਂ ਹੁਣ ਸੁਣੋ, ਮੈਂ ਤੁਹਾਨੂੰ ਉਹ ਵੀ ਦੱਸਦਾ, ਇੱਕ ਮਿੰਟ ਸੁਣੋ 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 ਸੁਣੋ, ਮੈਂ ਆ ਰਿਹਾ ਤੁਹਾਡੇ ਕੋਲ, ਆਉਂਗਾ ਸਰ ਤੁਹਾਡੇ ਕੋਲ ਹਾਂ ਮਿਸਟਰ ਖੜਿਆਲ, ਫਟਾਫਟ ਬੋਲੋ ਪਲੀਜ਼। ਹਾਈਕੋਰਟ ਜਾਣਾ ਕਿਉਂ ਪਿਆ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿਉਂਕਿ 6 ਫਰਵਰੀ ਡੇਟ ਤੁਸੀਂ ਰੱਖ ਲਈ ਸੀਗੀ ਜੀ, ਨਹੀਂ ਜਿੱਦਣ ਦੀ ਜਿੱਦਣ ਬਿਮਾਰ ਵਾਲੀ ਗੱਲ ਕਰ ਰਹੇ ਹੋ ਨਾ, ਨੋਟੀਫਿਕੇਸ਼ਨ ਦੇ ਉੱਤੇ ਤੁਸੀਂ ਹਾਈਕੋਰਟ ਭੱਜ ਗਏ ਸੀ, ਸਿੱਧਾ ਕਿਉਂ ਸੰਬੋਧਨ ਹੋ ਰਿਹਾ? ਮੈਂ ਪੁੱਛ ਲੂੰਗਾ ਮਿਸਟਰ ਖੜਿਆਲ, ਆਪਣੀ ਗੱਲ ਪੂਰੀ ਕਰੋ ਪਲੀਜ਼ ਫਟਾਫਟ। ਪੰਜਾਬ 'ਚ ਨਾ ਡੈਕੋਰਮ ਫੋਲੋ ਹੁੰਦਾ, ਮੈਨੂੰ ਪਤਾ ਬੀਜੇਪੀ ਨੂੰ ਸਮਝ ਨਹੀਂ ਆਉਂਦੀ ਡੈਕੋਰਮ ਕੀ ਹੁੰਦਾ, ਡਿਸਿਪਲਿਨ ਕੀ ਹੁੰਦਾ, ਪਰ ਫੋਲੋ ਕਰਿਆ ਕਰੋ ਉਹਨੂੰ, ਸੁਣੋ ਮੇਰੀ ਗੱਲ। ਜਿੱਥੋਂ ਤੱਕ ਗੱਲ ਹੈਗੀ ਹੈ ਆਨਰੇਬਲ ਹਾਈਕੋਰਟ ਦੀ ਇੱਕ ਡਾਇਰੈਕਸ਼ਨ ਸੀਗੀ ਕੇਪੀ ਜੀ ਵੀ ਸਵੇਰੇ 10 ਵਜੇ ਜਿਹੜੀ ਪ੍ਰੋਸੈਸ ਹੈ ਉਹ ਸ਼ੁਰੂ ਕਰ ਦਿਓ, ਕਿ ਇਹਨਾਂ ਨੇ 10 ਵਜੇ ਸ਼ੁਰੂ ਕੀਤੀ ਹੈ, ਇਹਨਾਂ ਨੇ ਉੱਥੇ ਵੀ ਡਿਲੇ ਕੀਤਾ, ਜ਼ਰਾ ਪੁੱਛੋ ਇਹਨਾਂ ਨੂੰ।
ਡਲੇ ਦੋਨਾਂ ਥਾਵਾਂ ਤੇ ਹੋਇਆ ਖੜਿਆਲ ਸਾਹਿਬ ਉਹ ਹੋਇਆ ਹੋਇਆ ਇਸ ਹਾਂ ਇਹ ਹੋਇਆ ਫਿਰ ਕਿਉਂ ਹੁਣ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਵੱਡੇ ਹੋ ਗਏ ਆ ਬੀਜੇਪੀ ਹਾਈ ਕੋਰਟ ਤੋਂ ਵੱਡੀ ਹੋ ਗਈ ਹੈ ਵੀ ਇਹ ਹਾਈ ਕੋਰਟ ਨੂੰ ਵੀ ਅੰਡਰਮਾਈਨ ਕਰਨਗੇ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਨੂੰ ਅੰਡਰਮਾਈਨ ਕਰਨਗੇ ਡਿਲੇ ਹੋਣ ਦਾ ਰੀਜ਼ਨ ਵੀ ਦੱਸਣਗੇ ਨਾ ਇਹ ਕੋਰਟ ਵਿੱਚ ਦੱਸਣਗੇ ਡਿਲੇ ਹੋਣ ਦਾ ਰੀਜ਼ਨ ਵੀ ਦੱਸਣਗੇ ਨਾ ਖੜਿਆਲ ਸਾਹਿਬ ਕੋਈ ਡਿਲੇ ਹੋਇਆ ਨਹੀਂ ਦੱਸ ਦੇ ਜੇ ਡਿਲੇ ਹੋਇਆ ਦੱਸਣਗੇ ਨਾ ਕੋਰਟ ਵਿੱਚ ਕੋਰਟ ਸਵਾਲ ਕਰੂਗੇ ਇਹਨਾਂ ਨੂੰ ਰੀਜ਼ਨ ਇੱਕ ਸੈਕਿੰਡ ਕੇਪੀ ਜੀ ਡਾਇਰੈਕਸ਼ਨ ਦਾ ਮਤਲਬ ਹੁੰਦਾ ਹੈ ਇਟ ਹੈਸ ਟੂ ਬੀ ਫਾਲੋਡ ਥੇਰ ਇਜ਼ ਨੋ ਜਸਟੀਫਿਕੇਸ਼ਨ ਟੂ ਦੈਟ ਥੇਰ ਇਜ਼ ਨੋ ਰੀਜ਼ਨੇਬਿਲਿਟੀ ਜਵਾਬ ਲੈ ਲਓ ਹੁਣੇ ਦਾ ਚਲੋ ਖੜਿਆਲ ਸਾਹਿਬ ਜਵਾਬ ਲੈ ਲਈਏ ਜਵਾਬ ਲੈ ਲਈਏ ਖੜਿਆਲ ਸਾਹਿਬ ਜਵਾਬ ਲੈ ਹਾਂਟੇ ਸਭ ਬੋਲੋ ਅੱਜ ਤੱਕ ਜਿੰਨੀ ਵਾਰੀ ਵੀ ਇਲੈਕਸ਼ਨ ਹੋਏ ਨੇ ਸ਼ੁਰੂ ਤੋਂ ਲੈ ਕੇ ਕਾਰਪੋਰੇਸ਼ਨ ਦੇ ਹੁਣ ਤੱਕ ਉਹਦਾ ਟਾਈਮ ਰਹਿੰਦਾ 11 ਵਜੇ ਦਾ 11 ਵਜੇ ਦਾ ਟਾਈਮ ਰਹਿੰਦਾ ਇਸ ਵਾਰੀ ਇਹ ਹਾਈ ਕੋਰਟ ਗਏ ਹਾਈ ਕੋਰਟ ਨੇ ਕਿਹਾ ਜੀ 10 ਵਜੇ ਪ੍ਰੋਸੈਸ ਕਰੋ 10 ਵਜੇ ਅਸੈਂਬਲੀ ਹਾਲ ਖੁੱਲ ਗਿਆ ਸਾਰਿਆਂ ਨੇ ਆਣ ਕੇ ਬੈਠਣਾ ਉਸ ਤੋਂ ਬਾਅਦ ਉਹਦੇ 'ਤੇ ਇਹ ਤਾਂ ਹੈ ਨਹੀਂ ਵੀ ਜਾਂਦੇ ਸਾਰ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਉਹਦਾ ਪ੍ਰੋਸੀਜਰ ਹੈ ਉਹਨੇ ਸਮਝਾਉਣਾ ਹੈ ਉਹਨੇ ਆਪਣੀ ਕੋਈ ਡਾਇਰੈਕਸ਼ਨਸ ਦੇਣੀਆਂ ਨੇ ਡੀ ਸੀ ਉੱਥੇ ਸੀ ਜਿਹੜੇ ਆਪਣੇ ਸੈਕਟਰੀ ਮਿਊਂਸੀਪਲ ਕਾਰਪੋਰੇਸ਼ਨ ਹੈ ਉਹਨੇ ਕੋਈ ਡਾਇਰੈਕਸ਼ਨਾਂ ਦੇਣੀਆਂ ਇਹ ਸਾਰਾ ਕੁਝ ਹੁੰਦਾ ਉਹਦੇ ਟਾਈਮ ਇਹ 10:30 ਵਜੇ 11:15 ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਪਹਿਲੀ ਵੋਟ 11:15 ਪੋਲ ਹੋਈ ਹੈ ਡਾਇਰੈਕਸ਼ਨ ਦਿੱਤੀਆਂ ਕਾਊਂਟਿੰਗ ਏਜੰਟ ਨੂੰ ਸਮਝਾਇਆ ਹੋਊਗਾ ਭਾਈ ਤੁਸੀਂ ਦਿੱਤੀਆਂ ਦੇਣੀਆਂ ਇਹ ਨਹੀਂ ਇਹ ਕਿਹੜਾ ਸਵਾਲ ਹੈ ਇਹ ਤਰਕੀ ਹੈ ਨਹੀਂ ਕੋਈ ਸਰ ਸੁਣ ਤਾਂ ਲਓ ਨਾ ਢਿੱਲੋ ਸਾਹਿਬ 10 ਵਜੇ ਖੁੱਲੀ ਕਿ ਨਹੀਂ ਖੁੱਲੀ ਢਿੱਲੋ ਸਾਹਿਬ ਜੇ ਡਾਇਰੈਕਸ਼ਨ ਦਿੱਤੀਆਂ ਕਾਊਂਟਿੰਗ ਏਜੰਟ ਨੂੰ ਸਮਝਾਇਆ ਹੋਊਗਾ ਭਾਈ ਤੂੰ ਇਦਾਂ ਰਿਐਕਟ ਕਰਨਾ ਉਹ ਡਾਇਰੈਕਸ਼ਨ ਅਸਰ ਕਿਉਂ ਨਹੀਂ ਹੋਇਆ ਕਾਊਂਟਿੰਗ ਏਜੰਟ ਤੇ ਜਿਵੇਂ ਤੁਸੀਂ ਕਾਊਂਟਿੰਗ ਏਜੰਟ ਇਹਦੇ ਚ ਕਿੱਥੇ ਆ ਗਿਆ ਅੱਛਾ ਇਹ ਤਾਂ ਜਦੋਂ ਇੱਕ ਪ੍ਰੋਸੈਸ ਸ਼ੁਰੂ ਹੁੰਦਾ ਇਲੈਕਸ਼ਨ ਦਾ ਉੱਥੇ ਨਹੀਂ ਮੈਂ ਇਨਵੈਲਿਡ ਵੋਟਸ ਦੀ ਗੱਲ ਕਰ ਰਿਹਾ ਤੁਸੀਂ ਕਹਿੰਦੇ ਤੁਸੀਂ ਗੱਲ ਹੋਰ ਨਹੀਂ ਕੀਤੀ ਹੋਰ ਕਿਸੇ ਪਾਸੇ ਘੁਮਾ ਗਏ ਇਹਨਾਂ ਨੇ ਜਿਹੜਾ ਤਰਕ ਦਿੱਤਾ ਮੈਂ ਤਾਂ ਉਹਦੇ ਤੇ ਦੱਸਦਾ ਕਿ ਇਹ ਕਹਿੰਦੇ ਜੀ ਉਹਦੀ ਫਾਲੋ ਨਹੀਂ ਹੋਈਆਂ 10 ਵਜੇ ਬਕਾਇਦਾ ਉਹ ਖੁੱਲ ਗਿਆ ਸੀਗਾ ਕਾਉਂਸਲਰਸ ਆ ਕੇ ਬੈਠਣ ਤੋਂ ਬਾਅਦ ਅਗਲਾ ਜੋ ਕਾਰਵਾਈ ਹੁੰਦੀ ਹੈ ਉਵੇਂ ਹੋਣੀ ਹੈ 10 ਵਜੇ ਇਹ 10 ਦਿਨ ਵੀ ਕਿੱਥੇ ਪਰ ਦੂਜੀ ਗੱਲ ਜਿਹੜਾ ਲੋਕਤੰਤਰ ਦਾ ਘਣ ਕਹੀ ਜਾਂਦੇ ਆ ਜਿਵੇਂ ਭੁੱਲਰ ਸਾਹਿਬ ਨੇ ਵੀ ਪਹਿਲਾਂ ਕਹਿਤਾ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨਾਂ ਪੈਂਡਿੰਗ ਨੇ ਕਦੀ ਬੋਲੇ ਉਹਦੇ ਤੇ ਤੁਸੀਂ ਮਾਣਯੋਗ ਵਕੀਲ ਸਾਹਿਬ ਪੰਜਾਬ ਦੇ ਵਕੀਲ ਸਾਹਿਬ ਰੋਜੋ ਢਿੱਲੋ ਸਾਹਿਬ ਦੀਆਂ ਇਲੈਕਸ਼ਨਾਂ ਢਿੱਲੋ ਸਾਹਿਬ ਢਿੱਲੋ ਸਾਹਿਬ ਪਲੀਜ਼ ਬੋਲਿਓ ਢਿੱਲੋ ਸਾਹਿਬ ਪਲੀਜ਼ ਢਿੱਲੋ ਸਾਹਿਬ ਇੱਕ ਮਿੰਟ ਰੋਜੋ ਖੜਿਆਲ ਸਾਹਿਬ ਖੜਿਆਲ ਸਾਹਿਬ ਢਿੱਲੋ ਸਾਹਿਬ ਇਦਾਂ ਨਾ ਕਰਿਆ ਕਰੋ ਨਾ ਆਪਾਂ ਕੀ ਰੋਲਾ ਪਾਈ ਜਾਂਦੇ ਆ ਆਪਾਂ ਕਿਉਂ ਸਮਝੀ ਤੁਸੀਂ ਰੋਲਾ ਮੇਰੇ ਤਾਂ ਇਲੈਕਸ਼ਨ ਹੋ ਗਿਆ ਕਿਸੇ ਨੂੰ ਸਮਝ ਨਹੀਂ ਆਉਂਦੇ ਰਿਹਾ ਆਪਾਂ ਕੁਝ ਵੀ ਢਿੱਲੋ ਸਾਹਿਬ ਰੋਜੋ ਨਾ ਹੁਣ ਸਰ ਮੈਨੂੰ ਆਉਂਦਾ ਸਰ ਸਵਾਲ ਕਰਨਾ ਕਿਉਂ ਮੈਨੂੰ ਵਾਰ ਵਾਰ ਕਹਿਣਾ ਪੈ ਰਿਹਾ ਕਿ ਮੈਨੂੰ ਸਵਾਲ ਕਰਨਾ ਆਉਂਦਾ ਕਿਉਂ ਕਹਿਣਾ ਪੈ ਰਿਹਾ ਪਲੀਜ਼ ਪ੍ਰਸਮਜੀਤ ਸਿੰਘ ਪ੍ਰਸਮਜੀਤ ਸਿੰਘ ਸਵਾਲ ਇਹ ਆ ਸਰ ਇਹ ਜਿਹੜਾ ਰੋਲਾ ਪਿਆ ਹੋਇਆ ਸਰ ਲੋਕਾਂ ਨੂੰ ਮਿਲੂਗਾ ਕੀ ਇਸ ਰੋਲੇ 'ਚੋਂ ਸਰ ਮੈਨੂੰ ਇਹ ਦੱਸ ਸਕਦੇ ਪ੍ਰਸਮਜੀਤ ਸਿੰਘ ਲੋਕ ਤੇ ਪਹਿਲਾਂ ਡਿਸਐਨਚੈਂਟਡ ਆ ਲੋਕ ਨਿਰਾਸ਼ ਆ ਲੋਕਾਂ ਨੂੰ ਕੌਣ ਸੁਣਦਾ ਆ ਵੋਟਾਂ ਜਿਸ ਤਰ੍ਹਾਂ ਜਿਸ ਕਿਸਮ ਦੀਆਂ ਸਾਡੀਆਂ ਪਾਰਟੀਆਂ ਹੋ ਚੁੱਕੀਆਂ ਕੋਈ ਬੁਰਾ ਨਾ ਮਨਾਵੇ ਪਾਰਟੀਆਂ ਦੇ ਨੁਮਾਇੰਦੇ ਬੈਠੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਦੇਸ਼ ਪਿਆਰ ਨਹੀਂ ਆ ਸੱਤਾ ਪਿਆਰ ਆ ਕੁਰਸੀ ਪਿਆਰ ਆ ਉਹਦੇ ਲਈ ਕੁਛ ਵੀ ਕਰਦੇ ਆ ਪੁੱਠੇ ਸਿੱਧੇ ਸਾਰੇ ਸਮਝੌਤੇ ਇੱਧਰ ਉੱਧਰ ਸਾਰਾ ਹੋ ਰਿਹਾ ਲੋਕ ਸਾਰਾ ਦੇਖ ਰਹੇ ਆ ਪਰ ਉਹਨਾਂ ਦੀ ਬੇਵਸੀ ਆ ਲਾਚਾਰੀ ਆ ਜਿਸ ਕਰਕੇ ਜੇ ਇੱਕ ਨਿਰਾਸ਼ਾ ਦਾ ਆਲਮ ਵੀ ਹੈਗਾ ਪੰਜਾਬ ਦੇ ਵਿੱਚ ਹੱਲਾ ਬੋਲ ਜਿਹੜਾ 92 ਸੀਟਾਂ ਕੋਈ ਇੱਥੇ ਇੰਨੀ ਕੋਈ ਪਾਰਟੀ ਤਕੜੀ ਥੋੜ੍ਹੀ ਸੀ ਇਹਨਾਂ ਦੀ ਕੋਈ ਇਹੋ ਜਿਹੀ ਅਸੈਸਮੈਂਟ ਥੋੜ੍ਹੀ ਸੀ ਆਮ ਆਦਮੀ ਪਾਰਟੀ ਦੀ ਉਹ ਲੋਕਾਂ ਦਾ ਫਤਵਾ ਹੀ ਸੀ ਇਸ ਕਰਕੇ ਲੋਕ ਆਪਣੀ ਵੱਲੋਂ ਜਦੋਂ ਵੀ ਮੌਕਾ ਮਿਲਦਾ ਕੋਸ਼ਿਸ਼ ਕਰਦੇ ਨੇ ਪਰ ਵਾਰ ਵਾਰ ਜਿਹੜਾ ਸਵਾਲ ਪ੍ਰਸ਼ਨ ਮਨਜੀਤ ਸਿੰਘ ਆ ਰਿਹਾ ਵੀ ਕਾਂਗਰਸ ਨਹੀਂ ਚਾਹੁੰਦੀ ਸੀ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣ ਜੇ ਅਕਾਲੀ ਦਲ ਵੀ ਇਲਜ਼ਾਮ ਲਾ ਰਿਹਾ ਬੀਜੇਪੀ ਵੀ ਲਾ ਰਹੀ ਹੈ ਤੁਹਾਨੂੰ ਇਹਦੇ ਵਿੱਚ ਤੱਥ ਲੱਗਦੇ ਸਰ ਨਹੀਂ ਜਦ ਤੱਕ ਉਹ ਬੈਲਟ ਦਾ ਐਨਾਲਿਸਿਸ ਨਹੀਂ ਹੁੰਦਾ ਤੁਸੀਂ ਫੋਰੈਂਸਿਕ ਲੈਬ ਹੈਗੀ ਆ ਉਹਦੇ ਤੋਂ ਜਾ ਕੇ ਕਰਵਾ ਲਓ ਵੀ ਉਹ ਕਿਹਦੀ ਛਾਈ ਉੱਥੇ ਕਿਹਦੀ ਲੱਗੀ ਆ ਕਿਉਂ ਲੱਗੀ ਆ ਸਾਰਾ ਕੁਝ ਇਹ ਤੇ ਦੇਖੋ ਤੁਸੀਂ ਬੰਦਿਆਂ ਨੂੰ ਨਹੀਂ ਪੁੱਛ ਪੁੱਛ ਕੇ ਕਰ ਸਕਦੇ ਇਹ ਤੇ ਕਾਂਗਰਸ ਤੇ ਕਹੂਗੀ ਕਿ ਅਸੀਂ ਵੋਟਾਂ ਬੈਲਟ ਪਾਈਆਂ ਉਹ ਕਾਉਂਸਲਰ ਵੀ ਕਹਿਣਗੇ ਕਿ ਅਸੀਂ ਬਿਲਕੁਲ ਬੈਲਟ ਪਾਈਆਂ ਉਹਨਾਂ ਪਾਰਟੀ 'ਚ ਨਹੀਂ ਲੈਣਾ ਇਸ ਲਈ ਜਿਹੜੀਆਂ ਵੋਟਾਂ ਪਈਆਂ ਜਾਂ ਵੀਡੀਓ ਰਿਕਾਰਡਿੰਗ ਉੱਥੇ ਸਾਰੀ ਦੇਖਦੀ ਆ ਉਹਦਾ ਅਨਾਲਿਸਿਸ ਟੈਕਨੀਕਲ ਬੰਦਿਆਂ ਰਾਹੀਂ ਹੋਣਾ ਚਾਹੀਦਾ ਜਿਹੜਾ ਕਿ ਹੋ ਸਕਦਾ ਦੂਜੀ ਗੱਲ ਇੱਕ ਨਿੱਕੀ ਗੱਲ ਇਹ ਸਾਰਾ ਰੋਲਾ ਬੜੇ ਆਰਾਮ ਨਾਲ ਹੱਲ ਹੋ ਸਕਦਾ ਜੀ ਮੈਂ ਪੂਟਾ ਦਾ ਪ੍ਰਧਾਨ ਰਿਹਾ ਪੂਟਾ ਦੇ ਵਿੱਚ ਅਸੀਂ ਜਿਹੜਾ ਸਾਰਿਆਂ ਨੂੰ ਸਹਿਮਤੀ ਹੋਵੇ ਉਸ ਨੂੰ ਰਿਟਰਨਿੰਗ ਆਫੀਸਰ ਬਣਾ ਦਿੰਦੇ ਸੀ ਲਾਅ ਡਿਪਾਰਟਮੈਂਟ ਦਾ ਕਿਸੇ ਨੂੰ ਵੀ ਉਹ ਪਹਿਲਾਂ ਮੀਟਿੰਗ ਕਰਦੇ ਸੀ ਸਾਰਿਆਂ ਨੂੰ ਵਿਰੋਧੀ ਪਾਰਟੀਆਂ ਵੀ ਰੂਲਿੰਗ ਬੀਪੀ ਆਹ ਸਾਡਾ ਰਿਟਰਨਿੰਗ ਆਫੀਸਰ ਹੈ ਸਾਰੇ ਇੱਥੇ ਸਹਿਮਤੀ ਦਿੰਦੇ ਆ ਉਹ ਕਹਿੰਦੇ ਸੀ ਹਾਂ ਜੀ ਉਦੋਂ ਬਾਅਦ ਫਿਰ ਜਿਹੜਾ ਵੀ ਉਹਦਾ ਵਰਡਿਕਟ ਹੁੰਦਾ ਸੀ ਸਾਰਿਆਂ ਨੂੰ ਮੰਨਣਾ ਪੈਂਦਾ ਦੂਸਰੀ ਗੱਲ ਉਹਦੇ 'ਚ ਉਹਨਾਂ ਦੇ ਰਿਪ੍ਰੈਜੈਂਟੇਟਿਵ ਹੁੰਦੇ ਹੀ ਆ ਨੋਮੀਨੇਟਿਡ ਪਾਰਟੀਆਂ ਦੇ ਜਦੋਂ ਵੋਟਾਂ ਕਾਊਂਟ ਹੁੰਦੀਆਂ ਉਹ ਬੈਠੇ ਹੁੰਦੇ ਉੱਥੇ ਕੱਲੀ ਕੱਲੀ ਵੋਟ ਦੇਖਦੇ ਆ ਇਹ ਪ੍ਰੋਸੈਸ ਕਿਉਂ ਨਹੀਂ ਫਾਲੋ ਕੀਤਾ ਗਿਆ ਇੱਥੇ ਜਿਹੜੀ ਉਹ ਬੜਾ ਸਿੰਪਲ ਪ੍ਰੋਸੈਸ ਹੈਗਾ ਇਸ ਇਲੈਕਸ਼ਨ ਦੇ ਵਿੱਚ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ ਚਲੋ ਬੱਬੀ ਬਾਦਲ ਤੁਹਾਡੀਆਂ ਕਿੰਨੀਆਂ ਤੁਹਾਡੇ ਕਿੰਨੇ ਕਾਉਂਸਲਰਸ ਜਿਨ੍ਹਾਂ ਦੀ ਵੋਟ ਇਨਵੈਲਿਡ ਹੋਈ ਹੈ ਦੇਖੋ ਮੈਂ ਤੁਹਾਨੂੰ ਇਹ ਦੱਸਾਂ ਮੈਨੂੰ ਤਾਂ ਇਹ ਲੱਗਦਾ ਇਹਨਾਂ ਦੀ ਗੱਲਬਾਤ ਤੋਂ ਬਾਅਦ ਕਿ ਇਹਨਾਂ ਨੇ ਸ਼ਾਇਦ ਪ੍ਰੈਜ਼ਾਈਡਿੰਗ ਅਫਸਰ ਨੂੰ ਕਿਹਾ ਸੀ ਕਿ
निगरानी च इलेक्शन होवे और उत्थे इन्नी गुंडागर्दी हो जाए। ढिल्लो साहब हमेशा बोलो, फटाफट बोलो प्लीज। देखो मैनूं बब्बी जी दी गल उत्ते ना बड़ा अफसोस हुंदा इह गल कीती वी जेब च पाई बैठी है, मतलब जे ते हाई कोर्ट इन्हां दे हक दा फैसला दे दे फिर ते बल्ले बल्ले है, जे हाई कोर्ट सुप्रीम कोर्ट इन्हां दे खिलाफ कुछ फैसला दे दे ते ओह फिर कठपुतली है। चलो अकाली दल दी लास्ट स्टेटमेंट, बीजेपी ने लोकतंत्र दा कांड कीता चंडीगढ़ च नहीं कीता। देखो मैं ते कहूंगा कि जिहड़ियां पार्टियां अज बैठियां ने सामने, मैं सर सीधा सवाल कर रहा हां, मैं जवाब दे रहा हां, मेरा बड़ा स्पेसिफिक क्वेश्चन है, जवाब ले लो ना। बोलो सर, बोलो जवाब ते देन दो। बोलो सर, बोलो। चलो कन्फ्यूजन बहुत ज्यादा, मैं इसे समाप्त कर रहा। बहुत धन्यवाद मिस्टर भुल्लर, मिस्टर खड्याल तुहाडा, ढिल्लो साहब तुहाडा, प्रोफेसर मनजीत सिंह तुहाडा, ते बब्बी बादल तुहाडा। हाईकोर्ट का नोटिस है पर सुप्रीम कोर्ट जाना है, कदों सुनवाई होगी, मामला किवें सुलझूगा, सवाल बहुत सारे है, पर सवाल लोकतंत्र की मर्यादा का है, उस सवाल का जवाब है जड़ा, उसकी उड़ीक तुसी भी करो ते असी भी करते। बहुत धन्यवाद।